ਸਾਂਝ ਪੰਜਾਬ ਦੀ ਚੈਨਲ ਦੇਖ ਰਹੇ ਦਰਸ਼ਕੋ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਮੈਂ ਹਾਂ ਤੁਹਾਡਾ ਆਪਣਾ ਤਰਸੇਮ ਸਿੰਘ ਤਰਾਨਾ। ਮੇਰੇ ਨਾਲ ਮੇਰਾ ਕੈਮਰਾਮੈਨ ਲਖਵਿੰਦਰ ਬਾਊ ਅਠਵਾਲ। ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਲੁਧਿਆਣਾ। ਇਹ ਸਾਡੇ ਪੰਜਾਬ ਦਾ ਬੜਾ ਵੱਡਾ ਸ਼ਹਿਰ ਹੈ, ਕਈ ਕਿਲੋਮੀਟਰ ਤੱਕ ਫੈਲਿਆ ਹੋਇਆ। ਸਾਨੂੰ ਇੱਥੇ ਸਾਡੇ ਇੱਕ ਪਰਮ ਮਿੱਤਰ ਨਾਰੰਗਵਾਲ ਸਾਹਿਬ, ਜਿਹੜੇ ਗਰੇਵਾਲ ਨੇ ਨਾਰੰਗਵਾਲ ਪਿੰਡ ਤੋਂ, ਉਹਨਾਂ ਨੇ ਦੱਸਿਆ ਸੀ ਕਿ ਇੱਥੇ ਇੱਕ ਬਜ਼ੁਰਗ ਬਾਪੂ ਜੀ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਤੋਂ ਆਣ ਕੇ ਵਸੇ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਨ ਵਾਸਤੇ ਏਡੀ ਦੂਰ ਪਹੁੰਚੇ ਹਾਂ, ਹੁਣ ਉਹਨਾਂ ਦੇ ਘਰ ਖੜ੍ਹੇ ਹਾਂ। ਆਓ ਗੱਲ ਕਰਦੇ ਹਾਂ ਉਹਨਾਂ ਦੇ ਨਾਲ, ਉਹਨਾਂ ਨੂੰ ਪੁੱਛਦੇ ਹਾਂ, ਉਹਨਾਂ ਪਰਿਵਾਰ ਸਮੇਤ ਬੈਠੇ ਨੇ। ਬਾਪੂ ਜੀ, ਤੁਹਾਡਾ ਨਾਂ ਕੀ ਹੈ, ਤੁਹਾਡੇ ਪਿਤਾ ਜੀ ਦਾ? ਸਾਡੇ ਪਿਤਾ ਜੀ ਦਾ ਨਾਂ ਸੀ ਸਰਦਾਰ ਕਰਤਾਰ ਸਿੰਘ। ਅੱਛਾ ਜੀ। ਅਤੇ ਬਾਬਾ ਜੀ ਦਾ? ਬਾਬਾ ਜੀ ਦਾ ਸੀ ਨਾਂ ਹਰਨਾਮ ਸਿੰਘ। ਠੀਕ ਹੈ ਜੀ। ਅਤੇ ਪਿੰਡ ਤੁਹਾਡਾ? ਚੱਕ 41 JB। JB ਜ਼ਿਲ੍ਹਾ ਲਾਇਲਪੁਰ। ਲਾਇਲਪੁਰ। ਅੱਛਾ ਜੀ। ਅਤੇ ਜਿਹੜਾ ਤੁਹਾਡਾ ਪਿਛੋਕੜ ਸੀਗਾ, ਉਹ ਉੱਥੋਂ ਦੇ ਰਹਿਣ ਵਾਲੇ ਕਿ ਜਾਂ ਇੱਧਰ ਦੇ ਕਿਤੇ ਰਹਿਣ? ਇੱਥੋਂ ਨਾਰੰਗਵਾਲ। ਇੱਥੇ? ਅੱਛਾ, ਨਾਰੰਗਵਾਲ ਜੀ, ਇੱਥੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਪਿੰਡ ਲੱਗੇ। ਇੱਥੋਂ ਕਿੰਨਾ ਕੁ ਦੂਰ ਹੈ ਜੀ? ਇਹ ਹੈਗਾ ਇੱਥੋਂ 12-13 ਮੀਲ। ਅੱਛਾ, 12-13 ਮੀਲ। ਅਤੇ ਇੱਧਰੋਂ ਫਿਰ ਕਦੋਂ ਸ਼ਿਫਟ ਕੀਤੇ ਉੱਧਰਲੇ ਬੰਨੇ? ਇਹ ਤਾਂ ਜਦੋਂ ਫਿਰ ਫੌਜ 'ਚੋਂ ਆਏ ਆ। ਕੌਣ ਜੀ? ਸਾਡੇ ਬਾਬਾ ਜੀ ਹਰਨਾਮ ਸਿੰਘ, ਸ਼ਾਮ ਸਿੰਘ। ਅੱਛਾ ਜੀ। ਇਹਨਾਂ ਨੂੰ ਫਿਰ ਉੱਥੇ ਜਾਇਦਾਦ ਮਿਲੀ। ਨਹੀਂ, ਇਹ ਅੰਗਰੇਜ਼ ਵੰਡ ਤੋਂ ਪਹਿਲਾਂ ਦੇ, ਅੰਗਰੇਜ਼ ਦੇ ਸਮੇਂ ਵਿੱਚ ਹੈਗੇ ਸੀਗੇ? ਨਹੀਂ, ਇਹ ਤਾਂ ਫੌਜ ਦੇ ਭਰਤੀ ਸੀ ਨਾ। ਅੱਛਾ, ਫੌਜ ਦੇ ਭਰਤੀ ਸੀਗੇ। ਉਸੇ ਸਮੇਂ 'ਚ ਮਿਲੇ ਜੀ। ਅੱਛਾ, ਬਿਫੋਰ ਪਾਰਟੀਸ਼ਨ ਅਤੇ ਪਹਿਲੀ ਵਰਲਡ ਵਾਰ ਤੋਂ ਬਾਅਦ ਇਹਨਾਂ ਨੂੰ ਉੱਥੋਂ ਜ਼ਮੀਨ ਮਿਲੀ ਸੀ। ਅੱਛਾ, ਬਾਪੂ ਜੀ ਸਰਦਾਰ ਹਰਨਾਮ ਜੀ, ਬਾਬਾ ਜੀ, ਦਾਦਾ ਜੀ ਹਰਨਾਮ ਸਿੰਘ, ਬਾਬਾ ਜੀ ਹਰਨਾਮ ਅਤੇ ਸ਼ਾਮ ਸਿੰਘ, ਦੋ ਭਰਾ ਸਨ, ਦੋਵੇਂ ਉੱਥੇ ਸੀ। ਹਾਂਜੀ। ਚੰਗੇ ਉੱਚੇ ਅਹੁਦੇ 'ਤੇ ਸਾਨੂੰ? ਹਾਂਜੀ, ਉੱਚੇ ਅਹੁਦੇ 'ਤੇ ਸੀਗੇ, ਦੱਸੋ ਤੁਸੀਂ ਆਪ। ਦਫੇਦਾਰ ਅਤੇ ਖਬਰੀ, ਦਫੇਦਾਰ ਅਤੇ ਖਬਰੀ ਕਿਉਂ ਹੁੰਦਾ, ਤੂੰ ਸੂਬੇਦਾਰ ਕੋਈ, ਇਹੀ ਜਿਹਾ ਪੋਸਟ। ਅੱਛਾ, ਚੰਗੀ ਵਧੀਆ ਪੋਸਟ ਹੈਗੇ ਸਨ ਉਹਨਾਂ ਦੇ, ਅਫਸਰਾਂ ਸਨ। ਅਤੇ ਉਹਦੇ ਨਾਲ ਉਹਨਾਂ ਨੂੰ ਫਿਰ ਜ਼ਮੀਨ ਮਿਲੀ ਉੱਧਰ? ਉੱਧਰ ਜ਼ਮੀਨ ਮਿਲੀ, ਫਿਰ ਇਹਨਾਂ ਨੂੰ ਆਪਣੇ ਮੇਰਾ ਖਰਾ, ਉਸ ਤੋਂ ਬਾਅਦ ਇਹਨਾਂ ਨੇ ਜਾ ਕੇ 3-3 ਮਰਬੇ ਮਿਲੀ ਸੀ। ਅੱਛਾ ਜੀ। ਅਤੇ ਵੱਡੇ ਬਾਬਾ ਜੀ ਨੂੰ ਨੰਬਰਦਾਰੀ ਮਿਲੀ ਸੀ। ਅੱਛਾ, ਉਹ ਜਿਹੜਾ ਪਿੰਡ ਹੈਗਾ ਤੁਹਾਡਾ, ਕਿਹੜਾ, ਕੀ ਦੱਸਿਆ ਜੀ ਕਹਿੰਦੇ? 41 ਚੱਕ ਦੇ ਵਿੱਚ ਨਾਲ ਉਹਨਾਂ ਨੂੰ ਨੰਬਰਦਾਰ ਵੀ ਦਿੱਤਾ, ਅੰਗਰੇਜ਼ ਨੰਬਰਦਾਰ ਅੰਗਰੇਜ਼ ਮਿਲੇ। ਅੱਛਾ ਜੀ। ਉੱਥੇ ਫਿਰ ਜ਼ਮੀਨ ਆਪਣੇ ਕੋਲ ਇੰਨੀ ਸੀ, ਕਿੰਨੀ ਦੱਸਿਆ ਨੀ? ਤਾਂ 3-3 ਮਰਬੇ ਦੋਨੋਂ ਬਾਬਾ ਜੀ ਮਿਲੀਆਂ ਜੀ। ਹਾਂਜੀ ਹਾਂਜੀ, 6-6 ਮਰਬੇ ਜ਼ਮੀਨ ਸੀ ਇਹਨਾਂ ਦਾ। ਇਹ ਜਿਹੜਾ ਚੱਕ 41 ਸੀ, ਪੈਨਸ਼ਨੀਆਂ ਦਾ ਸੀ। ਅੱਛਾ, ਜਿਹੜੇ ਉਹ ਅੰਗਰੇਜ਼ ਦੇ ਜਿਹੜੇ ਸੈਕਿੰਡ ਵਰਲਡ ਵਾਰ ਦੇ ਵਿੱਚ ਜਿਹੜੇ ਫੌਜ ਸਨ, ਜਿਹਨਾਂ ਬਹਾਦਰੀਆਂ ਕੀਤੀਆਂ ਸਾਰੀਆਂ ਉਹਨਾਂ ਨੂੰ, ਇਹਨਾਂ ਨੂੰ ਪੈਨਸ਼ਨ ਲੱਗੀ ਸੀ ਜੀ ਫਸਟ ਵਾਰ 'ਚ। ਹਾਂਜੀ, ਫਸਟ ਵਾਰ ਜਿਹੜੀ ਤਾਂ ਪਾਰਟੀਸ਼ਨ ਹੋ ਗਈ। ਹਾਂਜੀ, ਸੈਕਿੰਡ ਵਰਲਡ ਵਾਰ ਦੇ ਜਸਟ ਬਾਅਦ ਪਾਰਟੀਸ਼ਨ ਹੋ ਗਈ ਆ, ਅਤੇ ਇਹ ਉੱਥੇ ਕਈ ਸਾਲ, 20-30 ਸਾਲ ਰਹੇ ਹੋਣੇ ਆ। ਸੋ ਫਸਟ ਵਰਲਡ ਵਾਰ ਤੋਂ ਬਾਅਦ ਦੀਆਂ ਗੱਲਾਂ ਨੇ, 1914 ਤੋਂ 1919 ਤੱਕ ਜਿਹੜੇ ਇਹਨਾਂ ਦੇ ਜਿਹੜੇ ਦਾਦਾ ਜੀ ਸਨ, ਉਹਨਾਂ ਨੇ ਬਹਾਦਰੀ ਕੀਤੀ, ਉਹਦੇ ਵਿੱਚ ਉਹਨਾਂ ਨੂੰ ਨੰਬਰਦਾਰੀ ਮਿਲੀ, ਨਾਲ ਉਹਨਾਂ ਨੂੰ ਮਰਬੇ ਮਿਲੇ ਉਹ ਪਿੰਡ ਦੇ। ਨਾਰੰਗਵਾਲ ਦੇ 105 ਬੰਦੇ ਗਏ ਸੀ ਫਸਟ ਵਰਲਡ ਵਾਰ 'ਚ ਲੜਾਈ ਕਰਨ ਲਈ ਅੰਗਰੇਜ਼ ਦੇ ਨਾਲ। ਬਾਪੂ ਦਾ ਪਿੰਡ ਜਿਹੜਾ? ਅੱਛਾ ਅੱਛਾ। 105 ਬੰਦੇ ਗਏ ਸੀ ਸਾਡੇ ਨਾਰੰਗਵਾਲ ਦੇ, 5 ਫੋਰਗੈਟਰ ਲਾਈਫ, ਉਹਨਾਂ ਨੇ ਆਪਣੀ ਜ਼ਿੰਦਗੀ ਉੱਥੇ ਦੇਤੀ, 100 ਬੰਦਾ ਵਾਪਸ ਆਇਆ ਸੀਗਾ। ਉਹਨਾਂ ਨੂੰ ਜ਼ਮੀਨਾਂ ਮਿਲੀਆਂ, ਉਹਨਾਂ ਨੂੰ ਫਿਰ ਜ਼ਮੀਨਾਂ ਪਾਕਿਸਤਾਨ 'ਚ ਮਿਲੀਆਂ। ਇੱਕ ਸਾਨੂੰ ਸਕੂਲ ਮਿਲਿਆ ਜਿਹੜਾ ਗੁੱਜਰਵਾਲ, 1922 'ਚ 10ਵੀਂ ਕਲਾਸ ਚਾਲੂ ਹੋ ਗਈ, ਉਹ ਫਸਟ ਵਰਲਡ ਵਾਰ ਕਰਕੇ ਅੰਗਰੇਜ਼ਾਂ ਨੇ ਸਕੂਲ ਦਿੱਤਾ ਸੀਗਾ। ਕਿੱਥੇ? ਗੁੱਜਰਵਾਲ ਕਿੱਥੇ ਜੀ? ਗੁੱਜਰਵਾਲ ਵੀ ਨਾਰੰਗਵਾਲ ਦੇ ਨਾਲ ਆ ਜੀ। ਅੱਛਾ, ਨਾਰੰਗਵਾਲ ਤੁਹਾਨੂੰ ਸਕੂਲ ਕਮਲੇ ਨਾਲ? ਸਾਡੇ ਪਹਿਲਾਂ ਗਰੇਵਾਲਾਂ ਦੇ 33 ਪਿੰਡ ਸੀਗੇ ਜੀ। ਅੱਛਾ, ਇੱਥੇ ਲੁਧਿਆਣੇ ਦੇ ਆਲੇ ਦੁਆਲੇ? ਲੁਧਿਆਣੇ ਦੇ ਆਲੇ ਦੁਆਲੇ। ਅੱਛਾ, ਪਹਿਲਾਂ ਬਿਫੋਰ ਪਾਰਟੀਸ਼ਨ 33 ਪਿੰਡ ਸੀ, ਹੁਣ ਤਾਂ ਬਹੁਤ ਜ਼ਿਆਦਾ ਹੋ ਗਏ, 250 ਪਿੰਡਾਂ 'ਚ ਹੋ ਗਏ। ਵਾਹ, ਇਸ ਤਰ੍ਹਾਂ ਫਿਰ ਪਾਕਿਸਤਾਨ ਚਲੇ ਗਏ, ਪਾਕਿਸਤਾਨ ਤੋਂ ਆ ਕੇ ਫਿਰ ਸਾਨੂੰ ਅਲੋਟਮੈਂਟਸ ਹੋਈਆਂ, ਅਲੋਟਮੈਂਟ ਹੋਈ। ਇਹ ਥੋੜ੍ਹੀ ਸਮੱਸਿਆ ਹੈਗੀ ਕਿ ਬਾਪੂ ਜੀ ਉੱਚਾ ਸੁਣਦੇ ਨੇ, ਉਮਰ ਵੀ ਬਾਪੂ ਜੀ ਦੀ, ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ? 85-86 ਸਾਲ।
ਸਮਝੋ 1931 ਦਾ ਜਨਮ ਆ, 86 ਸਾਲ ਦੇ ਕਰੀਬ ਜਨਮ। ਸੁਣਦਾ ਤਾਂ ਇਸ ਪਾਸਿਓ ਆ, ਆਹ ਪਾਸਾ ਕਿਤੇ ਡਾਕਟਰ ਨੇ ਕੋਈ ਦਵਾਈ ਪੜਾਈ ਸੀ ਮੈਨੂੰ, ਉਹ ਪਾਸਾ ਕੋਈ ਗੱਲ ਉੱਚਾ ਵੀ ਥੋੜ੍ਹਾ ਸੁਣਦਾ ਆ, ਅਤੇ ਇਹ ਨਾਲ ਉਹਦਾ ਆਪਣਾ ਪਰਿਵਾਰ ਬੈਠਾ ਹੈਗਾ। ਇਹ ਤੁਹਾਡੇ ਤੁਸੀਂ ਆਪਣਾ ਦੱਸੋ ਨਾ ਜੀ। ਮੇਰਾ ਨਾਮ ਭੁਪਿੰਦਰਪਾਲ ਸਿੰਘ ਗਰੇਵਾਲਾ ਜੀ, ਮੈਂ ਇਹਨਾਂ ਦਾ ਵਿਚਾਲਾ ਬੇਟਾ ਜੀ, ਦੋ ਨੰਬਰ ਇਹ ਡਾਕਟਰ ਸਾਹਿਬ ਸਾਡੇ ਤਾਏ ਦੇ ਬੇਟੇ ਜੀ, ਸਰ ਸੁਰਜੀਤ ਸਿੰਘ ਗਰੇਵਾਲ ਉਹਨਾਂ ਦੇ ਬੇਟੇ ਨੇ। ਠੀਕ ਠੀਕ ਠੀਕ। ਡੈਡ ਨੇ ਡਾਕਟਰ ਡਾਕਟਰ ਆਰ ਐਸ ਗਰੇਵਾਲ। ਠੀਕ ਠੀਕ। ਰਾਜਪਾਲ ਸਿੰਘ ਗਰੇਵਾਲ। ਠੀਕ ਜੀ ਠੀਕ ਜੀ। ਆਪਣਾ ਪਰਿਵਾਰ ਬੈਠਾ ਇਹ ਨਾਲ, ਥੋੜ੍ਹੀ ਮੇਰੀ ਮਦਦ ਕਰਨਗੇ ਬਾਪੂ ਜੀ ਦੇ ਸੰਬੰਧਿਤ ਗੱਲਾਂ ਨਾਲ, ਇਹਨਾਂ ਨੂੰ ਕੋਈ ਜਾਣਕਾਰੀ, ਉਹਨਾਂ ਦੀ ਸੰਗਤ ਕਰਦੇ ਨੇ ਰੈਗੂਲਰਲੀ, ਉਹਨਾਂ ਦੀ ਸੇਵਾ 'ਚ ਰਹਿੰਦੇ ਨੇ, ਇਹ ਥੋੜ੍ਹੀ ਮੇਰੇ ਨਾਲ ਮਦਦ ਕਰਨਗੇ ਇਹ ਗੱਲ 'ਤੇ। ਅੱਛਾ ਬਾਪੂ ਜੀ, ਜਦੋਂ ਸੰਨ 47 ਦੀਆਂ ਵੰਡ ਹੋਈ ਹੈ, ਉਹ ਤੋਂ ਪਹਿਲਾਂ ਤੁਹਾਡੇ ਉਹਦਾ ਪਿੰਡ ਸੀ ਉੱਧਰਲੇ ਬੰਨੇ, ਉਹ 'ਚ ਕੌਣ ਕੌਣ ਰਹਿੰਦੇ ਸੀ, ਕਿਹੜੀ ਕਿਹੜੀ ਬਰਾਦਰੀਆਂ ਸੀਗੀਆਂ ਸਾਡੇ ਉੱਥੇ? ਅਸੀਂ ਕੁਛ ਗਰੇਵਾਲ ਸੀ, ਕੁਛ ਇੱਕ ਘਰ ਗਿੱਲਾਂ ਦਾ ਸੀ, ਦੋ ਇੱਕ ਜਾਂ ਦੋ ਘਰ, ਅਤੇ ਬਾਕੀ ਸੀਗੇ ਦਾਖਿਆਂ ਦੇ, ਇਹਨੂੰ ਕੀ ਕਹਿੰਦੇ ਬਾਈ, ਸੇਖੋਂ ਸੇਖੋਂ। ਜਿਹੜੇ ਜ਼ਿਆਦਾ ਜ਼ਿਮੀਂਦਾਰ ਸੀ ਉਹ ਸਾਰਾ ਜੱਟ ਸਿੱਖਾਂ ਕੋਲ ਕਿ ਮੁਸਲਮਾਨ ਸਿੱਖ ਵੀ ਹੈਗੇ ਸੀ? ਮੁਸਲਮਾਨ ਕੋਈ ਨਹੀਂ ਸੀ, ਜੱਟ ਸਿੱਖ ਜ਼ਿਮੀਂਦਾਰ, ਬਾਕੀ ਉਹਨਾਂ ਨੂੰ ਜਿਹੜੇ ਹੋਰ ਜਿਹੜੇ ਲਾਗੀ ਕੰਮੀ ਗਏ ਸੀ ਉਹਨਾਂ ਦੀ ਮਦਦ ਲਈ, ਉਹਨਾਂ ਦੇ ਕੰਮ ਕਰਨ ਲਈ। ਉਹ ਮਤਲਬ ਮੁਸਲਮਾਨ ਭਾਈਚਾਰੇ ਦੇ ਉਹ ਨਸ਼ੀ ਕੋਈ ਖੇਤ ਮੁਸਲਮਾਨ ਸਾਡੇ ਕੋਲ ਦੋ ਘਰ ਸੀ, ਜਿਹੜੇ ਕਿ ਇੱਕ ਤਾਂ ਜਲਾਹਾ ਕੰਮ ਕਰਦਾ ਸੀ। ਕੀ ਨਾਂ ਸੀ ਉਹਦਾ? ਨੱਥੂ। ਅੱਛਾ, ਨੱਥੂ ਜਲਾਹਾ। ਹਾਂ ਅੱਛਾ ਜੀ। ਇੱਕ ਨੱਥੂ ਜਲਾਹਾ ਅਤੇ ਤੇਲੀਆਂ ਦੇ ਦੋ ਘਰ ਸੀ, ਉਹਨਾਂ ਦੇ ਕੀ ਨਾਂ? ਉਹਨਾਂ ਦਾ ਨਾਂ ਸੀ ਤੇਲੀ ਦਾ ਤੇਲੀ ਪਿੰਡ ਦਾ ਕੰਮ ਕਰਨ ਵਾਲਾ ਮੁਸਲਮਾਨ ਸੀ ਉਹ? ਨਾ, ਸਿੱਖ ਜੱਟ। ਸਿੱਖ ਜੱਟ ਅੰਮ੍ਰਿਤਧਾਰੀ। ਸਿੱਖ ਅੰਮ੍ਰਿਤਧਾਰੀ ਸੀਗੇ ਉਹ ਨਾਈ ਬਰਾਈ ਦੇ ਜਿਹੜੇ ਸੀਗੇ। ਅੱਛਾ, ਤੁਸੀਂ ਦੱਸੋ ਵੀ ਜਦੋਂ ਇਹ ਜਦੋਂ ਵੰਡ ਤੋਂ ਪਹਿਲਾਂ ਦਾ ਆਪਸ ਦੇ ਵਿੱਚ ਕਿੱਦਾਂ ਦਾ ਮਾਹੌਲ ਸੀ? ਜਿਹੜੇ ਦੋ ਤਿੰਨ ਪਰਿਵਾਰ ਤੁਹਾਡੇ ਕੋਲ ਮੁਸਲਮਾਨ ਦੇ ਰਹਿ ਰਹੇ ਸੀ ਜਾਂ ਆਲੇ ਦੁਆਲੇ ਇਲਾਕੇ ਦੇ ਵਿੱਚ ਦੇ ਵੀ ਮੁਸਲਮਾਨ ਤੁਹਾਡਾ, ਉਹਨਾਂ ਨਾਲ ਕਿੱਦਾਂ? ਜਦੋਂ ਸਾਡੇ ਗ੍ਰੈਂਡਫਾਦਰ ਗਏ ਉੱਥੇ ਜੰਗਲੀ ਮੁਸਲਮਾਨ ਸੀ, ਉਹਨਾਂ ਦਾ ਕਬਜ਼ਾ ਸੀ ਜ਼ਮੀਨ 'ਤੇ। ਅੱਛਾ ਜੀ। ਇਹ ਫੌਜੀ ਸੀਗੇ, ਉਹ ਉੱਦਾਂ ਹੀ ਮੁਸਲਮਾਨ ਸੀ, ਫਿਰ ਉਹਨਾਂ ਦਾ ਇਹਨਾਂ ਦਾ ਡਾਂਗ ਸੋਟਾ ਉਖੜ ਗਿਆ। ਅੱਛਾ। ਉਹ ਭਜਾ ਤੇ ਫਿਰ ਨਹਿਰੋਂ ਪਾਰ, ਝੰਗ ਨਹਿਰ ਆ ਇੱਕ ਝੰਗ ਬ੍ਰਾਂਚ, ਉਹ ਤੋਂ ਪਾਰ ਟਪਾ ਤੇ ਉਹ ਫਿਰ ਉੱਧਰ ਚਲੇ ਗਏ। ਇਹਨਾਂ ਨੇ ਫਿਰ ਜ਼ਮੀਨ 'ਤੇ ਕਬਜ਼ਾ ਕੀਤਾ, ਜ਼ਮੀਨ ਇਹਨਾਂ ਨੇ ਆਬਾਦ ਕੀਤੀ ਆ। ਮੇਰੇ ਇਹ ਸੁਣਨ 'ਚ ਸਾਰੀ ਗੱਲ ਆਈ ਹੈ ਕਿ ਜ਼ਮੀਨ ਨੂੰ ਸਾਡੇ ਬਾਬਿਆਂ ਨੇ ਥੋੜ੍ਹੀ ਬਾਲੀ ਜਿਹੜੀ ਉਹ ਬਹੁੰਦੇ ਸੀ ਖਾਂਦੇ ਸੀ, ਬਾਕੀ ਸਾਰੀ ਜ਼ਮੀਨ ਇਹਨਾਂ ਨੇ ਆਬਾਦ ਕੀਤੀ ਆ। ਉੱਥੇ ਜਿਹੜੀ ਜਿੰਨੀ ਮਿਲੀ ਸੀ ਅੰਗਰੇਜ਼ ਸਰਕਾਰ ਵੱਲੋਂ, ਉਨੀ ਜ਼ਮੀਨ ਖਿੱਚਿਆ ਕੁਝ ਆਪ ਵੀ ਖਰੀਦ ਕੇ ਜ਼ਿਆਦਾ ਬਣਾ ਲਈ ਸੀ? ਨਹੀਂ, ਪਹਿਲਾਂ ਉਹੀ ਸੀ, ਪਹਿਲਾਂ ਕੋਈ ਜ਼ਮੀਨ ਨਹੀਂ ਸੀ, ਪਹਿਲਾਂ ਬਾਅਦ 'ਚ ਖਰੀਦੋ ਫਰੋਖਤ ਤਾਂ ਇਹ ਜੇ ਮਾੜੀ ਮੋਟੀ ਕਿਸੇ ਕੋਲ ਘੱਟ ਗਈ ਕਿਸੇ ਕੋਲ ਵੱਧ ਗਈ, ਉਹ ਬਾਅਦ 'ਚ ਹੋਈ ਆ, ਪਹਿਲਾਂ ਕੋਈ ਨਹੀਂ ਸੀ। ਇਹ ਜਿਹੜੀ ਖਰੀਦੋ ਫਰੋਖਤ ਵੇਲੇ ਦੀ ਆ ਉਹ ਸਾਡੇ ਵੇਲੇ ਅਸੀਂ ਦੇਖਦੇ ਰਹੇ, ਉਹ ਪਹਿਲੀ ਜਨਰੇਸ਼ਨ 'ਚ ਕੋਈ ਖਰੀਦੋ ਫਰੋਖਤ ਨਹੀਂ ਹੋਈ। ਅਤੇ ਉਹ ਨੰਬਰਦਾਰੀ ਵੀ ਤੁਹਾਡੇ ਪਿਤਾ ਜੀ ਕੋਲ ਸੀ? ਤਾਇਆ ਜੀ ਕੋਲ। ਤਾਇਆ ਜੀ ਕੀ ਨਾਂ ਸੀ ਉਹਨਾਂ ਦਾ? ਹਰੀ ਸਿੰਘ, ਸਰਦਾਰ ਹਰੀ ਸਿੰਘ ਨੰਬਰਦਾਰ ਗਰੇਵਾਲ। ਉਹਨਾਂ ਨੇ ਅੱਧਾ ਮੁਰੱਬਾ ਜ਼ਮੀਨ ਲਵਾ ਕੇ ਸਕੂਲ ਦੇ ਨਾਲ ਹਾਈ ਸਕੂਲ ਬਣਾਇਆ ਸੀ ਉਸ ਪਿੰਡ ਦੇ ਵਿੱਚ। ਕੀ ਨਾਂ ਪਿੰਡ ਦੱਸਿਆ ਜੀ? 41 ਚੱਕ ਜੀ। 41 ਚੱਕ ਦੇ ਵਿੱਚ ਜਿਹੜਾ ਇੱਕ ਸਕੂਲ ਬਣਾਇਆ ਹਾਈ ਸਕੂਲ, ਉਹ ਤੁਹਾਡੇ ਹਾਈ ਸਕੂਲ ਬਣਾਇਆ ਤੁਹਾਡੇ ਪਿਤਾ ਜੀ ਨੇ ਕੋਲੋਂ ਜ਼ਮੀਨ ਦੇ ਕੇ? ਸਾਡੇ ਤਾਇਆ ਜੀ, ਤਾਇਆ ਜੀ ਹਰੀ ਸਿੰਘ ਦੇ, ਹਰੀ ਸਿੰਘ ਦੇ ਉਹਨਾਂ ਨੇ ਕੋਲੋਂ ਜ਼ਮੀਨ ਦੇ ਕੇ ਅੱਧਾ ਮੁਰੱਬਾ ਜ਼ਮੀਨ ਸਕੂਲ ਦੇ ਨਾਲ ਲਵਾ ਕੇ ਅਤੇ ਉੱਥੇ ਸਕੂਲ ਬਣਾਇਆ ਸੀ, ਕਿਉਂਕਿ ਉਹ ਡਿਸਟ੍ਰਿਕਟ ਬੋਰਡ ਦੇ ਮੈਂਬਰ ਸੀ। ਅੱਛਾ। ਉਹਨਾਂ ਨੂੰ ਅੰਗਰੇਜ਼ ਕਿਸੇ ਨੇ ਗਾਈਡ ਕੀਤਾ ਸੀ ਵੀ ਇੱਥੇ ਸਕੂਲ ਬਣਾਓ, ਅਸੀਂ ਤੁਹਾਨੂੰ ਮਨਜ਼ੂਰੀ ਦਿੰਦੇ ਹਾਂ। ਅੱਛਾ। ਉਹਨਾਂ ਨੇ ਹਾਈ ਸਕੂਲ ਬਣਾਇਆ। ਅੱਛਾ ਜੀ। ਕਿਤੇ ਸਕੂਲ ਦਾ ਨਾਂ ਕੀ ਸੀ ਉਹਦਾ? ਬਾਰ ਖਾਲਸਾ ਹਾਈ ਸਕੂਲ ਚੱਕ 41 JB। ਅੱਛਾ। ਉਹਦੇ ਜਿਹੜੇ ਫਾਊਂਡਰ ਸਨ ਜਿਹੜੇ ਉਹ ਤੁਹਾਡੇ ਤਾਇਆ ਜੀ ਸੀ? ਤਾਇਆ ਜੀ। ਅਤੇ ਮਾਸਟਰ ਤਾਰਾ ਸਿੰਘ ਜੀ ਜਿਹੜੇ ਆਪਣੇ ਫੇਮਸ ਅਕਾਲੀ ਆਪਣੇ ਲੀਡਰ ਹੋਏ ਨੇ, ਉਹ ਉਸ ਸਕੂਲ ਦੇ ਹੈਡਮਾਸਟਰ, ਪਹਿਲੇ ਹੈਡਮਾਸਟਰ। ਅੱਛਾ, ਉਸ ਸਕੂਲ 'ਚ ਪਹਿਲੇ ਹੈਡਮਾਸਟਰ ਜਿਹੜੇ ਮਾਸਟਰ ਤਾਰਾ ਸਿੰਘ ਜੀ? ਮਾਸਟਰ ਤਾਰਾ ਸਿੰਘ, ਇਹ ਉਦੋਂ BT ਕਰਕੇ ਮਦਰਾਸ ਤੋਂ ਆਏ ਸੀ। ਅੱਛਾ ਜੀ। ਇਹ ਪਹਿਲੇ ਹੈਡਮਾਸਟਰ, ਉਹਨਾਂ ਨੇ ਇਸ ਸਕੂਲ ਨੂੰ ਇੰਨੀ ਤਨਦਹੀ ਨਾਲ ਕਾਮਯਾਬ ਕੀਤਾ, ਅਖੀਰ ਉਹਨਾਂ ਨੂੰ ਫਿਰ ਬੜੇ ਸਤਿਕਾਰਯੋਗ ਤਰੀਕੇ ਨਾਲ ਉਹ ਫਿਰ ਅੰਮ੍ਰਿਤਸਰ, ਉਹ ਕਹਿੰਦੇ ਵੀ ਮੈਂ ਹੁਣ ਅਕਾਲੀ ਦਲ 'ਚ ਜਾਣਾ। ਅੱਛਾ। ਉਹ ਅੰਮ੍ਰਿਤਸਰ ਆ ਕੇ ਅਕਾਲੀ ਦਲ ਦੇ
ਪ੍ਰਧਾਨ। ਬੜਾ ਅਮੀਰ ਵਿਰਸਾ ਬਾਪੂ ਜੀ ਤੁਹਾਡਾ, ਕਿ ਪਹਿਲਾਂ ਕੋਲੋਂ ਜ਼ਮੀਨ ਦਿੱਤੀ, ਫਿਰ ਉਹ ਸਕੂਲ ਬਣਾਇਆ ਅੰਗਰੇਜ਼ ਦੀ ਮਦਦ ਨਾਲ, ਵੀ ਇੱਥੇ ਸਕੂਲ 'ਚ ਹੀ ਬਣਾਓ, ਆਪਣੇ ਜਿਹੜੇ ਆ ਆਪਣਾ ਫੈਮਲੀਆਂ ਨੇ ਪੜ੍ਹਾਓ। ਉਹਦੇ ਜਿਹੜਾ ਜਿਹੜਾ ਖਾਲਸਾ ਸਕੂਲ ਸੀ ਤੁਹਾਡੇ ਵੱਡਿਆਂ ਨੇ ਬਣਾਇਆ, ਉਹ 'ਚ ਫਿਰ ਦਾਖਲਾ ਮੁਸਲਮਾਨ ਹੀ ਪੜ੍ਹਦੇ ਸਨ ਕਿ ਜਾਂ ਆਪਣੇ ਸਿੱਖ ਪੜ੍ਹਦੇ? ਉਹਦੇ 'ਚ ਜ਼ਿਆਦਾ ਤਾਂ ਸਾਡੀ ਤਾਦਾਦ ਸੀ ਸਿੱਖਾਂ ਦੀ ਜਾਂ ਪਿੰਡ ਵਾਲਿਆਂ ਦੀ, ਜਾਂ ਵਿੱਚ ਹਰੀਜਨਾਂ ਨੂੰ ਵੀ ਪੜ੍ਹਾਉਂਦੇ ਸੀ, ਅਤੇ ਮੁਸਲਮਾਨ ਕੋਈ ਕੋਈ ਜੰਗਲੀ ਫਿਰ ਜਿਹੜੇ ਸਾਡੇ ਨਾਲ 9ਵੀਂ 10ਵੀਂ ਅਸੀਂ ਸੀਗੇ ਜਦੋਂ, ਉਦੋਂ ਉਹ ਜੰਗਲੀ ਵੀ ਫਿਰ ਸਾਡੇ ਨਾਲ ਕੁਛ ਪੜ੍ਹਦੇ ਸੀ। ਪੜ੍ਹਨ ਲੱਗ ਪਏ ਉਹਦੀ ਸਮਝ, ਅਤੇ ਉਹਦੇ 'ਚ ਉਹ ਕਿੱਦਾਂ ਰੱਖਿਆ ਸੀ, ਫੀਸ ਦਾ ਕਿੱਦਾਂ ਸੀ, ਜਾਂ ਉੱਥੇ ਕੋਈ ਜਿਹੜਾ ਸਾਡਾ ਗੁਰਬਾਣੀ ਦਾ ਜਾਂ ਗੁਰਮਤਿ ਸਿਧਾਂਤ ਨਾਲ ਇੱਦਾਂ ਦੀ ਕੋਈ ਹੈ ਸੀਗਾ? ਪਹਿਲਾਂ ਨਾ ਸਵੇਰੇ ਪ੍ਰੇਅਰ ਹੁੰਦੀ ਸੀ ਸਾਰਾ ਜਪਜੀ ਸਾਹਿਬ, ਜਪਜੀ ਸਾਹਿਬ ਤੋਂ ਬਾਅਦ ਪੰਜ ਪੌੜੀਆਂ, ਫਿਰ ਅਰਦਾਸ ਹੁੰਦੀ ਸੀ, ਅਰਦਾਸ ਤੋਂ ਬਾਅਦ ਪੀਰੀਅਡ ਲੱਗਦੇ ਸੀਗੇ, ਅਤੇ ਸਾਡੇ ਜਿਹੜੇ ਮਾਸਟਰ ਸੀ ਸਾਡੇ ਗਿਆਨੀ ਜੀ ਹੁੰਦੇ ਸੀ ਇਕੱਠੇ, ਪੰਜਾਬੀ ਪੜ੍ਹਾਉਣ ਵਾਲੇ, ਅਤੇ ਫਾਰਸੀ ਪੜ੍ਹਾਉਣ ਵਾਲਾ ਇੱਕ ਮੁਸਲਮਾਨ ਮੌਲਵੀ ਹੁੰਦਾ ਸੀ। ਕੀ ਨਾਂ ਸੀ ਉਹਦਾ ਮੌਲਵੀ ਦਾ? ਮੌਲਵੀ ਦਾ ਸੀਗਾ ਅਬਦੁਲ ਗਨੀ ਕੁਛ ਐਸਾ ਨਾਂ ਸੀ। ਅੱਛਾ ਜੀ, ਉੱਥੋਂ ਉਸੇ ਪਿੰਡ ਦੇ ਰਹਿਣ ਵਾਲੇ ਸੀ? ਨਹੀਂ, ਉਹ ਡਗੋਰੇ ਦੇ ਰਹਿਣ ਵਾਲੇ ਸੀ, ਨਾਲ ਮੁਸਲਮਾਨਾਂ ਦਾ ਪਿੰਡ ਸੀ ਡਗੋਰਾ, ਉੱਥੋਂ ਦੇ ਰਹਿਣ ਵਾਲੇ। ਅਤੇ ਜਿਹੜੇ ਗਿਆਨੀ ਪੜ੍ਹਾਉਂਦੇ ਸੀ ਉਹ ਗਿਆਨੀ ਜੀ ਸਾਡੇ ਆਪਣੇ ਸਰਲੀਆਂ ਦੇ ਸੀ। ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਨਾਂ ਸੀ ਮੇਰਾ ਖਿਆਲ ਠਾਕੁਰ ਸਿੰਘ। ਠਾਕੁਰ ਸਿੰਘ ਯਾਦ ਆ ਗਿਆ। ਅਤੇ ਜਿਹੜੇ ਤੁਹਾਡੇ ਤਾਇਆ ਜੀ ਜਾਂ ਤੁਹਾਡੇ ਪਿਤਾ ਜੀ, ਉਹ ਵੀ ਸਕੂਲ ਦੀ ਦੇਖਭਾਲ ਕਰਦੇ ਹੋਣਗੇ? ਤਾਇਆ ਜੀ ਪ੍ਰੈਜ਼ੀਡੈਂਟ ਸੀ, ਪਿਤਾ ਜੀ ਮੈਨੇਜਰ ਸੀ। ਅੱਛਾ ਜੀ, ਸਕੂਲ ਦੇ ਮੈਨੇਜਰ ਮੈਨੇਜਮੈਂਟ ਸਾਡੇ ਪਿਤਾ ਜੀ ਕੋਲ ਸੀ, ਕਰਤਾਰ ਸਿੰਘ ਗਰੇਵਾਲ, ਅਤੇ ਫਾਊਂਡਰ ਆਫ ਦੀ ਸਕੂਲ ਸਰਦਾਰ ਹਰੀ ਸਿੰਘ ਨੰਬਰਦਾਰ, ਉਹ ਪ੍ਰੈਜ਼ੀਡੈਂਟ। ਇਹ ਜਿਹੜਾ ਸਕੂਲ ਦਾ ਜਦੋਂ ਇਹ ਤਿਆਰ ਹੋਇਆ ਕਿਹੜੇ ਸਾਲ 'ਚ ਹੋਇਆ ਕੋਈ ਲਗਭਗ? ਇਹ ਮੇਰਾ ਖਿਆਲ ਆ ਵੀ ਇਹ ਗਿਆਨੀ ਕਰਤਾਰ ਸਿੰਘ ਉਸ ਸਕੂਲ ਦਾ ਸਟੂਡੈਂਟ ਹੈ। ਸਟੂਡੈਂਟ ਨੇ ਇਹ ਹੁਣ ਤੁਹਾਨੂੰ ਮੈਂ ਹੋਰ ਦੱਸੋ ਕੋਈ ਜਿਹੜੇ ਕਦੋਂ ਕਦੋਂ ਗਏ ਵੀ ਯਾਦ ਦੱਸੀ ਕਦੋਂ ਜਾ ਕੇ ਬਾਰ ਆਬਾਦ ਹੋਈ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ 1908-09 ਚ ਉਮਰ ਦਾ ਤਕਾਜ਼ਾ ਨਾ ਕੋਈ ਗੱਲਾਂ ਭੁੱਲ ਜਾਂਦੀਆਂ ਨੇ, ਬੜਾ ਕੋਸ਼ਿਸ਼ ਕਰਦੇ ਨੇ ਕਈ ਵਾਰੀ ਇਹ ਕੋਸ਼ਿਸ਼ ਉਹਨੂੰ ਯਾਦ ਕਰਨ ਦੀ, ਲੇਕਿਨ ਥੋੜ੍ਹਾ ਉਮਰ ਦਾ ਤਕਾਜ਼ਾ ਇੱਦਾਂ ਦਾ ਅਤੇ ਉਹ ਥੋੜ੍ਹਾ ਚੇਤਾ ਭੁੱਲ ਜਾਂਦਾ ਉਹਨਾਂ ਨੂੰ। ਫਿਰ ਵੇਖੋ ਨਾ ਇਸ ਉਮਰ ਦੇ ਵਿੱਚ ਇਸ ਅਵਸਥਾ ਦੇ ਵਿੱਚ ਵੀ ਇੰਨਾ ਕੁਝ ਵੀ ਯਾਦ ਰਹਿਣਾ ਬੜੀ ਵੱਡੀ ਗੱਲ ਹੈ ਉਹਨਾਂ ਦੀ। ਅੱਛਾ ਜੀ, ਇੱਕ ਹੋਰ ਇਹ ਦੇਖ ਲਓ ਬਈ ਉਸ ਸਕੂਲ ਦੇ ਸਟੂਡੈਂਟ ਸਾਡੇ ਪਿਤਾ ਜੀ ਰਹੇ ਆ, ਤਾਇਆ ਜੀ ਤਾਂ ਉਮਰ ਦੇ ਵੱਡੇ ਸੀ ਅਤੇ ਪਿਤਾ ਜੀ ਨੇ ਉੱਥੇ ਦਸਵੀਂ ਕੀਤੀ ਆ। ਤੁਹਾਡੇ ਪਿਤਾ ਜੀ ਨੇ ਵੀ ਉੱਥੇ ਦਸਵੀਂ ਕੀਤੀ ਆ? ਫਿਰ ਮਤਲਬ ਤਾਂ ਜ਼ਰੂਰ ਕਿਤੇ ਅਜੇ 19ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਕਿਤੇ ਸਕੂਲ ਖੋਲ੍ਹਿਆ, ਬੜੀ ਵੱਡੀ ਗੱਲ ਹੋਏਗੀ ਇਹ ਪਰਿਵਾਰ ਦੀ ਕਿ ਜਿਨ੍ਹਾਂ ਨੇ ਇਹ ਸੋਚਿਆ ਕਿ ਸਕੂਲ ਹਾਲ ਆ। ਉਸ ਉਹਨਾਂ ਸਮੇਂ 'ਚ ਸਕੂਲ ਤਾਂ ਕਿਤੇ ਟਾਵੇਂ ਟਾਵੇਂ ਪਿੰਡਾਂ 'ਚ ਹੋਣ ਕਿਤੇ, ਸਕੂਲ ਤਾਂ ਹੋਣ ਕਿਤੇ। ਇਹਦੇ ਜਿਹੜੇ ਤਾਏ ਸੀਗੇ ਉਹ ਵੀ ਤਕਰੀਬਨ ਕਈ ਇੱਕ ਕਿਹੜਾ ਵੱਡਾ ਸੂਫੀ ਤਾਂ ਬਾਪੂ ਜੀ ਨੂੰ ਵੱਡਾ ਹੋਣਾ ਹੋਵੇ। ਇਹਦਾ ਇੱਕ ਤਾਇਆ ਸੀ ਜਿਹੜਾ ਸਾਡੇ ਪਿਤਾ ਜੀ ਨੂੰ ਵੀ ਵੱਡੀ ਉਮਰ ਦਾ ਸੀ, ਇਹਦੇ ਜਿਹੜੇ ਬਾਬਾ ਜੀ ਸੀ ਤਾਰਾ ਸਿੰਘ ਉਹ ਵੱਡੇ ਸੀ ਨਾ ਸਾਡੇ ਪਿਤਾ। ਅੱਛਾ, ਤੁਸੀਂ ਵੀ ਉੱਥੇ ਪੜ੍ਹੇ ਹੋ? ਮੈਂ ਉੱਥੇ 10ਵੀਂ ਸੀਗਾ ਜਦੋਂ ਮੈਂ ਆਇਆ। ਅੱਛਾ ਜੀ, ਇੱਕ ਵੱਡੀ ਖੂਬੀ ਇਹ ਗੱਲ ਆ, ਸਭ ਤੋਂ ਵੱਡੀ ਉਹ ਅੱਜ ਕੱਲ੍ਹ ਨਹੀਂ ਹੋ ਰਹੀ, ਉਹ ਇਹ ਹੈ ਕਿ ਮੇਰੇ ਪਿਤਾ ਜੀ ਮੈਨੇਜਰ ਸੀ ਸਕੂਲ ਦੇ, ਮੈਂ 5 ਸਾਲ ਦਾ ਸੀ। ਹੁਣ ਮੇਰਾ ਇੱਥੇ ਰੋਜ਼ ਲੋਕਾਂ ਦਾ ਇਹੀ ਰੌਲਾ ਰਹਿੰਦਾ ਬਈ 2.5 ਸਾਲ ਦਾ 3 ਸਾਲ ਦਾ ਬੱਚਾ ਦਾਖਲ ਕਰਾਈ ਜਾਂਦੇ ਹੋ, ਅਪਰ ਕੇ ਜੀ ਲੋਅਰ ਕੇ ਜੀ, ਇਹ ਕੀ ਗੰਦ ਪਾਇਆ ਤੁਸੀਂ? ਮੈਨੂੰ 5 ਸਾਲ ਦੇ ਨੂੰ ਮੇਰੀ ਮਾਤਾ ਜੀ ਨੇ ਕਲਮ ਦੁਆਤ ਫੱਟੀ ਸਲੇਟ ਲੈ ਕੇ ਇਹਦਾ ਅਲਫਬੇ ਤੇ ਤਾਂ ਲੈ ਕੇ ਬਣਾ ਕੇ ਬਸਤਾ ਮੈਨੂੰ ਭੇਜਤਾ 5 ਸਾਲ ਦੇ ਨੂੰ। ਸਾਡੇ ਮੈਂ ਪ੍ਰਾਇਮਰੀ ਦਾ ਇੰਚਾਰਜ ਮਾਸਟਰ ਫੌਜਾ ਸਿੰਘ ਸੀਗਾ, ਉਹ ਸੀਗੇ ਇੱਥੋਂ ਦੇ ਗੁਲਾਲੀਪੁਰ ਦੇ, ਗੁਲਾਲੀਪੁਰ ਦੇ ਮਜੈਲ ਨੇ ਅੰਮ੍ਰਿਤਸਰੀ, ਉਹ ਬੜਾ ਕਰੜਾ ਸੀ, ਘਸੁੰਨ ਬੜਾ ਮਾਰਦਾ ਸੀ ਉਹ, ਅਤੇ ਉਹਨੇ ਮੈਨੂੰ ਇਹ 5 ਸਾਲ ਦੇ ਨੂੰ 1 ਸਾਲ ਮੈਨੂੰ ਟਾਟ 'ਤੇ ਨਹੀਂ ਬੈਠਣ ਦਿੱਤਾ, ਟਾਟ 'ਤੇ। ਅੱਛਾ, ਤੁਹਾਡਾ ਆਪਣਾ ਸਕੂਲ ਸੀ? ਸਕੂਲ ਆਪਣਾ ਸੀ, ਮੇਰੇ ਪਿਤਾ ਜੀ ਮੈਨੇਜਰ ਹੋਣ ਦੇ ਨਾਤੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਮਾਸਟਰ ਫੌਜਾ ਸਿੰਘ ਮੈਨੂੰ ਦਾਖਲ ਕਰ ਲਾ, ਕੁਆਲਿਟੀ ਲੋਕਾਂ ਦੀ ਇਹ ਸੀ। ਫੌਜਾ ਸਿੰਘ ਮਾਸਟਰ ਨੇ ਆਪਣੀ ਡਿਊਟੀ ਨਿਭਾਈ, ਸਾਡੇ ਪਿਤਾ ਜੀ ਨੇ ਮੈਨੇਜਰ ਹੁੰਦਿਆਂ ਹੋਇਆ ਆਪਣੀ ਡਿਊਟੀ ਮੰਗਾਈ ਵੀ 6 ਸਾਲ ਤੋਂ ਪਹਿਲਾਂ ਬੱਚਾ ਦਾਖਲ ਨਹੀਂ। ਠੀਕ ਹੈ ਜੀ, ਇਹ ਤੁਹਾਡਾ ਜਿਹੜਾ ਬੜੀ ਵੱਡੀ ਦੇਣ ਸੀ ਤੁਹਾਡੇ ਪਰਿਵਾਰ ਦੀ ਉਸ ਇਲਾਕੇ ਨੂੰ,
कि सब तो पहला जिहड़ा लोगों नूं विद्या दा दान दित्ता जाए, जे विद्या दा दान लोगों नूं मिल गया, लोग पढ़ गए सिख तो ये जरूर अपनी कौम ज अपने जो लोग ने यह तरक्की करे। अच्छा ये जदों ये सन 47 की वंड का शुरू होया काम उदों तुहाडे पिंड च किदां पा लगाए? ये एक मैं तुहानूं माड़ी जी एक गल छोटी जी सुना दिया पहला। हाँ जी, साडे प्रेयर हो रही सी, असीं उदों मेरा ख्याल आ जदों आए हाँ 10वीं च, उस वेले दी गल आ। तो एक पासे दो ग्राउंडा सीगियां फुटबाल दी हाकी दी, क्योंकि बड़ा 10 एकड़ बहुत रकबा हुंदा, ते टां 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 होण लग गई। एक मूहरे जो वड्डी जीप ते मगरों दे 3-4 ट्रक ते फौज नाल भरे हुए ते गड्डियां टां टां करदियां आ रहियां, ते लोकां दा ध्यान उधर नूं होया, अरदास चल रही सी। ते जदों अरदास दे समाप्त होई गड्डियां आ के खड़ गईयां, गड्डियां खड़ गईयां, उन्हां ने देख लिया अरदास हो रही है, ते जनरल साहब सीगे उहदे की नाम सी उहदा मैं दस दिता। अच्छा, वह जनरल साहब सीगे उते उह जो उतर के खड़े, उन्होंने अपने बूट ला के ते संगत दे विच अरदास च शामिल होए। ते जदों अरदास समाप्त हुई ते उह जनरल साहब ने सारे टीचरां नूं जिहड़े जिहड़े उन्हां नूं पढ़ाउंदे सी मत्था टेकिया। अच्छा, जनरल साहब ने मत्था टेकण तों बाद फिर उन्हें सानू संबोधन किया, प्यारे विद्यार्थियों साथियो बड़े प्यार ना, मैं इस स्कूल का स्टूडेंट हाँ, तो मैं आपकी सारी जिंदगी मैं भुल नहीं सकता, और मैनू आ जिहड़ा उहदा मिलिया आप साढ़े टीचर साहबान का मान मान सत्कार ना सानू ये उहदा मिलिया, तो मैं हुण इस वेले जनरल हाँ तो जनरल रिटायर होऊंगा, पता नहीं की नाम सी जनरल, तुहानू पता जी? अच्छा जी, जनरल एक मुसलमान सी सिख सी? सिख जी, सिख सरदार जी, सरदार सीगा, सरदार सीगा। अच्छा, दाड़ी के सर के जस पूरा अप टू डेट। अच्छा, ते उन्हें सानू संबोधन किया, मेरा की नाम सीगा मैं याद आ गया, तो मैं तो ठीक है। ते नाल फिर गार्ड सारी ने स्कूल नु मत्था टेकिया, ते जेड़ा इन्ना माण सत्कार सी साढ़े उस स्कूल का ज्ञानी करतार सिंह जिहड़ा है पंजाब का मिनिस्टर रहा, वह उस स्कूल का विद्यार्थी है, अमर सिंह चौपाल MP वो उस स्कूल का विद्यार्थी है, बड़ा म्यारी विद्यालय उत्थे होएगा। हाँ, तो मास्टर तारा सिंह पहला हैड मास्टर था। ठीक है, ये जदों तुसी उत्थे फिर 48 वाली वंड की गल शुरू हुई है, फिर उस पिंड किदा पता लगा तुम भी हम सू जाना पैना जा किमें? नहीं, पिंड वाला कोई साढ़े कोई डर पै नहीं सी किसी। अच्छा जी, सारे पेनशनिए सी, सारे लसेंस होल्डर सी, कोई किसी तो डरता नहीं सी, नाले मुसलमान तो कुट के भजाए सी पहला बजुर्गों के, जिहड़े बंदे किस्तानी करदे। हाँ, साढ़े उत्थे कोई खतरा सिर्फ सी जद फौज तो या पुलिस तो होर किसी तो खतरा, पुलिस वाले साड़ी मदद करते। मैं देखा तो अजे भी गैरेज के 70 साल बीतते जाने के बावजूद भी थोड़े को पुरानी गड्डिया जो उस टाइम दगिया ने, उदों भी कारा सी कोई थोड़े वड्डे को? साढ़े वड्डिया को पिता जी को पहला ब्यूकेट लई सी। कि सन च? असी उदो छोटे छोटे से, मेरा ख्याल छेवीं सातवीं होवांगे, 1930-40 ਦੇ ਵਿੱਚ। ਅੱਛਾ, ਕਾਰ ਸੀ ਇਹਨਾਂ ਕੋਲ? ਹਾਂਜੀ, ਬਿਊਕੇਟ ਉਹ ਬਾਹਰ ਦੀ ਬਣੀ ਹੋਈ ਲੇਟ, ਉਹ ਬਹੁਤ ਵੱਡੀ ਕਾਰ ਸੀ। ਅੱਛਾ, ਉਹਦਾ ਤੇਲ ਦਾ ਬਹੁਤ ਜ਼ਿਆਦਾ ਖਰਚ ਸੀ। ਅੱਛਾ ਜੀ, ਇਹ ਉਹ ਮੇਰਾ ਖਿਆਲ 6-7 ਮੀਲ 'ਚ 1 ਗੈਲਨ ਖਾ ਜਾਂਦੀ ਸੀ, 5 ਲੀਟਰ। ਫਿਰ ਉਹਨਾਂ ਨੇ ਉਹ ਸਾਡੇ ਬਹਿਨੋਈ ਜਿਹੜੇ ਸੀ ਉਹਨਾਂ ਦਾ ਜਿਹੜਾ ਬਾਪ ਸੀ ਉਹ ਸੀਗਾ ਕੀ ਕਹਿੰਦੇ ਆ ਵਿਕਟੋਰੀਆ। ਅੱਛਾ ਜੀ, ਵਿਕਟੋਰੀਆ ਜੇਤੂ, ਉਹਨਾਂ ਕੋਲ ਸੋਨਾ ਸਾਨਾ ਬਹੁਤ ਸੀਗਾ, ਵਿਕਟੋਰੀਆ ਕ੍ਰਾਸ ਜੇਤੂ ਸੀ। ਕੀ ਨਾਂ ਸੀ ਉਹਨਾਂ ਦਾ? ਅਰਜਨ ਸਿੰਘ ਸਾਡੇ ਤਾਇਆ ਜੀ ਦਾ ਜਵਾਈ। ਅੱਛਾ ਜੀ, ਉਹਨਾਂ ਕੋਲ ਗੱਡੀ ਸੀ, ਉਹਨਾਂ ਨੂੰ ਫਿਰ ਉਹ ਬਿਊਕ ਦੇ ਦਿੱਤੀ। ਅੱਛਾ, ਇਹਨਾਂ ਨੇ ਆਪਣੇ ਸਾਡੇ ਉਹਨਾਂ ਦਾ ਆਪਣੇ ਜਵਾਈ ਲੱਗਿਆ ਪਿਤਾ ਜੀ ਦਾ, ਉਹ ਵਿਊਕ ਉਹਨਾਂ ਨੂੰ ਦੇਤੀ। ਫਿਰ ਇਹਨਾਂ ਨੇ Opel 10 ਲਈ। ਅੱਛਾ, ਉਹਨਾਂ ਦਿਨ ਵਾਹ Opel 10 ਇਹ ਲਈ ਸੀ 3,200 ਕਿੰਨੇ ਰੁਪਏ ਕਿੰਨੇ ਆਨੇ ਕਿੰਨੀਆਂ ਪਾਈਆਂ ਲਾਹੌਰੋਂ। ਅੱਛਾ ਜੀ, ਅਤੇ ਇਹ ਗੱਲ ਸੁਣਾਉਂਦੇ ਹੁੰਦੇ ਪਿਤਾ ਜੀ ਵੀ ਆਹ ਆਨੇ ਪਾਈਆਂ ਮਾਫ਼ ਕਰ ਦਿਓ ਅਤੇ ਉੱਪਰਲੇ ਪੈ ਆਹ ਬਾਕੀ ਪੈਸੇ ਲੈ ਲਓ। ਉਹ ਕਹਿੰਦੇ ਪਹਿਲਾਂ ਉਹ ਜਮ੍ਹਾਂ ਕਰਾਓ ਪਾਈਆਂ ਆਨੇ,
ਫਿਰ ਉੱਪਰਲੇ ਲਵਾਂਗੇ। ਇਹੀ ਜੀ ਗੱਲ ਸੁਣੋ, ਇਹਦਾ ਜਿਹੜਾ ਤੁਹਾਡਾ ਪਰਿਵਾਰ ਸੀਗਾ ਉਹਨਾਂ ਕੋਲ ਗੱਡੀਆਂ ਦੀ ਸੁੱਖ ਸਹੂਲਤ ਪੂਰਾ ਸੀ, ਜ਼ਮੀਨ ਜਾਇਦਾਦ ਦਾ ਪੂਰਾ ਸੀ ਉਹਨਾਂ ਕੋਲ, ਸਕੂਲ ਵੀ ਉਹਨਾਂ ਨੇ ਚੰਗਾ ਕੰਮ ਕੀਤਾ, ਨੇਕ ਕਾਰਜ ਕੀਤਾ ਵੀ ਜਿਹੜੇ ਇਲਾਕੇ ਨੂੰ ਸਿੱਖਿਅਤ ਕਰਨ ਵਾਸਤੇ, ਉਹਨਾਂ ਨੇ ਉੱਥੇ ਸਕੂਲ ਵੀ ਖੋਲ੍ਹਿਆ ਆਪਣੇ ਕੋਲੋਂ, ਜ਼ਮੀਨ ਵੀ ਤੁਹਾਡੇ ਭੜਕਿਆਂ ਦਿੱਤੀ, ਅਤੇ ਬੜੇ ਬੜੇ ਸਟੂਡੈਂਟ ਜਿਹੜੇ ਤੁਹਾਡੇ ਬਾਅਦ ਵਿੱਚ ਉਹ ਮੰਤਰੀ ਬਣੇ, ਕੋਈ MLA ਬਣੇ, ਕੋਈ ਬੜੇ ਬੜੇ ਵੱਡੇ ਜਿਹੜੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਉਹਦੇ ਆਗੂ ਵੀ ਬਣੇ, ਉਹ ਸਾਰੇ ਉਹ ਸਕੂਲ ਦੀ ਦੇਣ ਸੀਗੀ ਉਹਦੀ। ਹਾਂ, ਉਹ ਸਕੂਲ ਨਾਲੇ ਖੁੱਲ੍ਹ ਗਿਆ। ਹਾਂਜੀ, ਉਹ ਸਕੂਲ ਇੱਥੇ ਤੱਕ ਸਾਡੇ ਤਾਇਆ ਜੀ ਨੇ ਕੋਸ਼ਿਸ਼ ਕੀਤੀ, ਉਹ ਹਾਈ ਸਕੂਲ ਇੱਥੇ ਲਤਾਲੇ ਚੱਲਦਾ। ਪਾਰਟੀਸ਼ਨ ਤੋਂ ਬਾਅਦ ਜਦੋਂ ਉਹ ਸਕੂਲ ਤਾਂ ਉੱਥੇ ਰਹਿ ਗਿਆ, ਪਾਰਟੀਸ਼ਨ ਤੋਂ ਬਾਅਦ ਉਹਨਾਂ ਨੇ ਉਹ ਸਕੂਲ ਦੀ ਮਤਲਬ ਕਹਿ ਲਓ ਇੱਕ ਤਰੀਕੇ ਦਾ ਜਾਰੀ ਰੱਖਣ ਵਾਸਤੇ ਲਤਾਲੇ ਵਿੱਚ ਇੱਕ ਸਕੂਲ ਸੈਂਕਸ਼ਨ ਕਰਵਾਇਆ। ਲਤਾਲਾ ਨਾਰਗਵਾਲ ਦੇ ਨਾਲ ਹੀ ਪਿੰਡ ਹੈਗਾ, ਨਾਰਗਵਾਲ ਦੇ ਨਾਲ ਲਤਾਲਾ ਹੋਟਲ ਤੋਂ ਆਇਆ। ਹਾਂ, ਉਹ ਕਕੂੜੇ ਹੁਣ ਦਾ ਪਿੰਡ ਲਤਾਲਾ। ਅੱਛਾ ਜੀ, ਲਤਾਲੇ ਉੱਥੇ ਖੋਲਿਆ, ਉਹ ਜ਼ਮੀਨ ਵੀ ਆਪਣੇ ਦਿੱਤੀ ਇਸ ਲਈ ਖੋਲਿਆ ਕਿ ਨਾਰੰਗਵਾਲ ਵਿੱਚ ਆਲਰੇਡੀ ਇੱਕ ਸਕੂਲ ਸੀਗਾ, ਇਸ ਲਈ ਉਹ ਜਿਹੜਾ ਬਾਹਰ ਵਾਲਾ ਸਕੂਲ ਦਾ ਜਿਹੜੀ ਇੱਕ ਰੈਪਲੀਕਾ ਸੀ ਉਹ ਲਤਾਲੇ ਖੋਲੀ ਗਈ, ਜਾਰੀ ਰੱਖਣ ਵਾਸਤੇ ਕਿ ਇਹ ਸਾਡੇ ਬੂਟਾ ਹਰੀ ਸਿੰਘ ਵਾਲੇ ਸਕੂਲ ਦਾ ਨਾਮ ਵੀ ਬਾਰ ਖਾਲਸਾ ਹਾਈ ਸਕੂਲ ਅਗਤਾਲੀ ਚੱਕ ਲਤਾਲਾ ਰੱਖਿਆ। ਅਗਤਾਲੀ ਚੱਕ ਵੀ ਨਾ ਰੱਖਿਆ ਨਾ, ਉਹਨਾਂ ਸੋਚਿਆ ਕਿ ਜਿਹੜਾ ਸਾਡੇ ਜਿਹੜਾ ਬੂਟਾ ਸਾਡੇ ਵੱਡਿਆਂ ਨੇ ਲਾਇਆ ਹੋਇਆ, ਜਿਹੜੀ ਏਡ ਮਿਲਦੀ ਸੀ ਉਹੀ ਏਡ ਸੈਂਕਸ਼ਨ ਇੱਥੇ ਹੋਈ। ਠੀਕ। ਨਾਲੇ ਇਹ ਵੀ ਹੋ ਗਿਆ ਨਾ ਕਿ ਸਾਡੇ ਵੱਡਿਆਂ ਨੇ ਜਿਹੜਾ ਬੂਟਾ ਲਗਾਇਆ ਹੋਇਆ ਸਿੱਖਿਆ ਦਾ, ਤਾਂ ਉਹਨੂੰ ਜਾਰੀ ਰੱਖਣ ਵਾਸਤੇ ਉਹਨੇ ਮਨ ਸੀ ਕਿ ਉੱਥੇ ਲਤਾਲੇ ਖੋਲ੍ਹੇ, ਕਿਉਂਕਿ ਲਤਾਲੇ ਇਹਦੇ ਚੱਲ ਰਿਹਾ ਜੀ, ਇਹਦੇ ਬਹੁਤ ਵਧੀਆ ਚੱਲ ਰਿਹਾ, ਕਿਉਂਕਿ ਲਤਾਲੇ ਦਾ ਪਹਿਲਾ ਦੂਜਾ ਹੈੱਡ ਮਾਸਟਰ ਆਨੰਦ ਸਿੰਘ ਸੀਗਾ। ਅੱਛਾ ਜੀ, ਉਹ ਸਾਡੇ ਤਾਇਆ ਜੀ ਦਾ ਜਿਹੜੇ ਪਿਤਾ ਜੀ ਤੋਂ ਵੱਡੇ ਸੀ ਉਹਨਾਂ ਦਾ ਸਾਲਾ ਲੱਗਦਾ ਸੀ, ਸਾਡੇ ਵੱਡੇ ਤਾਇਆ ਜੀ ਬਾਪੂ ਜੀ ਤੋਂ ਵੱਡੇ ਉਹ ਲਤਾਲੇ ਪਿਆ। ਉਹਨੇ ਕਹਿੰਦਾ ਜਿਹੜਾ ਬੂਟਾ ਲਾਇਆ ਸੀ ਉਹਨੂੰ ਜਾਰੀ ਰੱਖਣ ਵਾਸਤੇ ਉਹਨਾਂ ਨੇ ਫਿਰ ਇੱਥੇ ਖੋਲ੍ਹਿਆ, ਜ਼ਮੀਨ ਦਿੱਤੀ, ਔਰ ਬੜਾ ਵਧੀਆ ਉਹ ਇਲਾਕੇ ਦੇ ਵਿੱਚ ਜਿਹੜਾ ਸਿੱਖਿਆ ਦਾ ਦਾਨ ਜਿਹੜਾ ਵੰਡ ਰਿਹਾ, ਚੱਲਣ ਵੰਡ ਰਿਹਾ ਜ਼ਮੀਨ ਜਿਹੜੀ ਪੰਚਾਇਤ ਦੀ ਇੱਥੇ ਲਤਾਲੇ ਸੀ ਉਹਦੇ 'ਚੋਂ। ਹਾਲਾਂਕਿ ਡਾਕਟਰ ਸਾਹਿਬ ਉਦੋਂ ਤਾਂ ਕੋਈ ਇੰਨਾ ਬਹੁਤਾ ਨਹੀਂ ਸੀ ਇੰਨਾ ਮਨ 'ਚ ਹੈਗੀ ਕਿ ਕੋਈ ਸਕੂਲ ਵਾਲੇ ਬਣੇ ਪੈਂਦਾ ਖੋਲ੍ਹਦਾ, ਮੈਂ ਤਾਂ ਬੜੀ ਵਾਰੀ ਜਾਣਦਾ ਕਿ ਉਹਨਾਂ ਸਮੇਂ 'ਚ ਤਾਂ ਬਹੁਤੇ ਨੇ ਪੜ੍ਹਤਾ ਬੜੀ ਸਗੋਂ। ਜੇ ਇਹ ਦੇਖਿਆ ਜਾਵੇ ਕਿ 1947 ਦਾ ਵਾਕਿਆ ਵਾ, ਉਸ ਹਿਸਾਬ ਨਾਲ ਬਹੁਤ ਵੱਡਾ ਇੱਕ ਐਫਰਟ ਹੈਗਾ ਹੈ, ਬੜੀ ਵੱਡੀ ਦਾ ਮਤਲਬ ਵੀ ਉਹ ਜਿਹੜਾ ਤੁਹਾਡਾ ਇਹਨਾਂ ਬਜ਼ੁਰਗਾਂ ਦਾ ਵੱਡੇ ਜਿਹੜੇ ਵੜਕੇ ਸੀਗੇ ਉਹਨਾਂ ਦੀ ਬੜੀ ਦੂਰ ਉਦੇਸ਼ੀ ਸੋਚ ਸੀਗੀ ਉਹਨਾਂ ਦੀ ਕਿ ਅਸੀਂ ਆਪਣੇ ਲੋਕਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪੜ੍ਹਾਉਣਾ, ਜੋ ਗੁਰੂ ਸਾਹਿਬ ਦਾ ਸਿਧਾਂਤ ਵੀ ਪੜ੍ਹਨਾ, ਜੇ ਪੜ੍ਹਨਗੇ ਤਾਂ ਉਹ ਗੁਰਬਾਣੀ ਨਾਲ ਵੀ ਜੁੜਨਗੇ। ਵੈਸੇ ਵੀ ਸਾਡੇ ਗਰੇਵਾਲਾਂ ਦੇ ਜਿਹੜੇ ਪਿੰਡ ਨੇ ਇਹਨਾਂ ਵਿੱਚ ਐਜੂਕੇਸ਼ਨ ਬਹੁਤ ਪਹਿਲਾਂ ਤੋਂ ਆਈ ਹੋਈ ਹੈ, ਅਤੇ ਈਵਨ ਸਾਡੇ ਪਿੰਡਾਂ ਦੀਆਂ ਕੁੜੀਆਂ ਵੀ ਆਜ਼ਾਦੀ ਵੇਲੇ ਪੜ੍ਹੀਆਂ ਲਿਖੀਆਂ ਹੁੰਦੀਆਂ ਸੀ ਆਜ਼ਾਦੀ ਵੇਲੇ। ਦੱਸ ਰਹੇ ਸਾਨੂੰ ਜਿਵੇਂ ਕਿ ਹੁਣ ਭੂਆ ਜੀ ਇਹਨਾਂ ਦੇ ਭੂਆ ਜੀ ਨੇ ਬੀਬੀ ਜੀ ਕੋਲ ਬੈਠੇ ਆਏ ਆ, ਉਹਨਾਂ ਨੇ ਦੱਸਿਆ ਵੀ ਉਹਨਾਂ ਸਮੇਂ ਦੇ ਵਿੱਚ ਉਹ ਲਾਹੌਰ ਤੋਂ ਪੜ੍ਹ ਕੇ ਆਏ ਸੀਗੇ, ਨਾਰੰਗਵਾਲ ਪਿੰਡ ਦੇ ਜਰਨਲ, ਬ੍ਰਿਗੇਡੀਅਰ, ਚੀਫ ਇੰਜੀਨੀਅਰ, ICS, IAS, PCS, ਨਾਰੰਗਵਾਲ ਦੇ ਸਾਰਿਆਂ ਨਾਲੋਂ ਵੱਧ ਹੋਇਆ ਇਸੇ ਕਰਕੇ। ਗਰੇਵਾਲ ਪਹਿਲਾ IAS ਐਸ ਪ੍ਰਤਾਪ ਅੰਗਰੇਜ਼ਾਂ ਵੇਲੇ ਇਹਨੂੰ ICS ਕਹਿੰਦੇ ਸੀ, ਤੇ ਉਹਨਾਂ ਵੇਲੇ ਵੀ ਫਸਟ ਇੰਡੀਅਨ ਜਿਹੜਾ IAS ਬਣਿਆ ICS ਬਣਿਆ ਹੀ ਵਾਸ ਐਸ ਪ੍ਰਤਾਪ ਫਰੋਮ ਨਾਰੰਗਵਾਲ, ਐਸ ਪ੍ਰਤਾਪ ਸਿੰਘ ਗਰੇਵਾਲ ਐਸ ਪ੍ਰਤਾਪ ਮੁੱਖ ਮੰਤਰੀ ਉੱਥੇ ਦਾ। ਬੜੀ ਵੱਡੀਆਂ ਪ੍ਰਾਪਤੀਆਂ ਨੇ ਤੁਹਾਡੇ ਪਰਿਵਾਰ ਦੀਆਂ ਜਾਂ ਤੁਹਾਡੇ ਪਿੰਡ ਦੀਆਂ। ਜੱਜ ਗੁਰਨਾਮ ਸਿੰਘ ਮੁੱਖ ਮੰਤਰੀ, ਜਸਟਿਸ ਗੁਰਨਾਮ ਸਿੰਘ, ਭਾਈ ਰਣਧੀਰ ਸਿੰਘ ਉਹ ਵੀ, ਜਸਟਿਸ ਗੁਰਨਾਮ ਸਿੰਘ ਵੀ ਸਾਡੇ ਨਾਰੰਗਵਾਲ ਤੋਂ, ਹਾਈ ਕੋਰਟ ਦਾ ਜੱਜ ਪਹਿਲਾਂ ਬਣਿਆ ਇਹ ਇੱਥੇ ਆ ਕੇ ਪਟਿਆਲੇ, ਪਟਿਆਲੇ ਤੋਂ ਫਿਰ ਹਾਈ ਕੋਰਟ ਚੰਡੀਗੜ੍ਹ। ਭਾਈ ਰਣਧੀਰ ਸਿੰਘ ਜਿਹੜੇ ਸਾਡੇ ਸਿੱਖ ਕੌਮ ਦੇ ਬੜੇ ਉਹ ਸਮਝੋ ਸਮਝੋ ਕੀ ਆ, ਭਾਈ ਰਣਧੀਰ ਸਿੰਘ ਤਾਂ ਕੀਰਤਨੀ ਜੱਥੇ ਦੇ ਸੁਪਰੀਮ ਸੀ, ਉਹ ਵੀ ਤੁਹਾਡੇ ਪਿੰਡ। ਹਾਂ, ਉਹ ਨਾਰੰਗਵਾਲ ਦੇ ਸੀ। ਇਹ ਪਿੰਡ ਸਾਡੀ ਬੜੀ ਵੱਡੀ ਮਹਾਨਤਾ, ਬੜੀ ਦੇਣ ਹੈ। ਇਹ ਬਾਬੂ ਜੀ, ਜਦੋਂ 1947 ਦੀ ਵੰਡ ਹੋ ਗਈ ਅਤੇ ਉਦੋਂ ਫਿਰ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਇੱਥੇ ਮਤਲਬ ਹੋ ਗਿਆ ਵੀ ਉੱਥੋਂ ਹੁਣ ਪਿੰਡ ਛੱਡਣਾ ਪੈਣਾ, ਜਾਂ ਪਿੰਡ 'ਚ ਕੀ ਹਲਚਲ ਹੋਈ, ਤੁਹਾਡੇ ਪਰਿਵਾਰ ਦੇ 'ਚ ਕਿਵੇਂ ਮਨ ਬਣਿਆ ਵੀ ਹੁਣ ਇੱਥੋਂ ਪਿੰਡ ਛੱਡ ਕੇ ਨਿਕਲਣਾ ਪੈਣਾ, ਜਾਣਾ ਪੈਣਾ, ਉਹ ਕੀ ਵਾਪਰਿਆ ਤੁਹਾਡੇ ਪਿੰਡ 'ਚ? ਸਾਡਾ ਤਾਂ ਪਹਿਲਾਂ ਵਾਪਰਿਆ ਇਹ ਕਿ ਸਾਡੇ ਉੱਥੇ ਬਾਉਂਡਰੀ ਫੋਰਸ ਲੱਗੀ ਸੀ,
ਮਿਲਟਰੀ ਲੈਲਪੁਰ, ਉਹ ਲੈਲਪੁਰ ਜੇ ਜਿਹੜੀ ਫੋਰਸ ਸੀ ਉਹਨੂੰ ਇਹਨਾਂ ਨੇ ਜਦੋਂ ਇਹ ਪਾਕਿਸਤਾਨ ਹਿੰਦੁਸਤਾਨ ਬਣ ਗਿਆ ਉਹ ਫੋਰਸ ਇਹਨਾਂ ਨੇ ਤੋੜਤੀ। ਅੱਛਾ ਜੀ। ਉਹ ਫੋਰਸ ਤੋੜੀ ਅਤੇ ਬ੍ਰਿਗੇਡੀਅਰ ਮਹਿੰਦਰ ਸਿੰਘ ਜਿਹੜਾ ਗਰੇਵਾਲ ਉਹ ਵੀ ਉਸੇ ਸਕੂਲ ਦਾ ਸਟੂਡੈਂਟ ਆ ਸਾਡੇ ਤੁਹਾਡੇ ਸਕੂਲ ਦਾ ਹੀ। ਹਾਂ। ਅੱਛਾ ਜੀ। ਅਤੇ ਉਹ ਆਇਆ, ਉਹਨੇ ਆ ਕੇ ਪਿੰਡ 'ਚ ਜਿਹੜੇ ਜਿਹੜੇ ਸਾਡੇ ਸੀਗੇ ਬਜ਼ੁਰਗ ਉਹਨਾਂ ਨੂੰ ਕਿਹਾ ਬੱਚੇ ਅਤੇ ਲੇਡੀਜ਼ ਜਿਹੜੀਆਂ ਜਾ ਸਕਦੀਆਂ ਉਹ ਆਪਣਾ ਕੱਪੜਾ ਲੀੜਾ ਲੈ ਲੈਣ ਤਾਂ ਜਿਹੜਾ ਸਮਾਨ ਲੈਣਾ ਪੈਸੇ ਜਾਂ ਉਹ ਲੈ ਲੈਣ, ਹੋਰ ਕੋਈ ਚੀਜ਼ ਨਹੀਂ ਚੱਕਣੀ, ਉਹ ਸਾਡੇ ਨਾਲ ਚੱਲ ਅਸੀਂ ਟੱਕ ਲੈ ਕੇ ਆਉਣਾ ਅਤੇ ਉਹਦੇ 'ਚ ਬਹਿ ਜਾਣਾ। ਅੱਛਾ ਜੀ। ਬੱਚੇ ਅਤੇ ਲੜਕੀਆਂ ਲੇਡੀਜ਼ ਅਤੇ ਜਿਹੜਾ ਜਿਹੜਾ ਕੋਈ ਇੱਥੇ ਛੱਡਣਾ ਉਹ ਛੱਡ ਲਿਓ। ਅੱਛਾ। ਅਤੇ ਕੀ ਚੁੱਕਿਆ ਉੱਥੋਂ ਅਤੇ ਕੀ ਛੱਡਿਆ ਕਿ ਉੱਥੇ ਫਿਰ ਜੀ? ਉੱਥੇ ਸਾਡੇ ਜਿਹੜੇ ਫਾਦਰ ਜਿਨ੍ਹਾਂ ਦੇ ਗ੍ਰੈਂਡ ਫਾਦਰ ਸਾਡੇ ਪਿਤਾ ਜੀ ਅਤੇ ਮੈਂ ਇਕੱਲਾ ਹੀ ਸੀ, ਮੇਰੇ ਨਾਲ ਮਾਤਾ ਜੀ ਆ ਗਏ, ਸਾਡੇ ਪਿਤਾ ਜੀ ਰਹੇ, ਸਾਡੇ ਨੌਕਰ ਰਹੇ ਅਤੇ ਬਾਕੀ ਇਸੇ ਤਰ੍ਹਾਂ ਹੀ ਲੋਕਾਂ ਦੇ ਜਿਹੜੇ ਜਿਹੜੇ ਘਰਾਂ 'ਚੋਂ ਬੱਚੇ ਆਏ ਉਹਨੇ ਲਿਆਂਦੇ। ਮੇਰਾ ਖਿਆਲ ਆ ਵੀ ਇੰਨੀ ਕੁ ਉਹ ਬੱਚੇ ਅਤੇ ਲੇਡੀਜ਼ ਨੂੰ ਲਿਆਇਆ ਸੀ ਕਿ ਖਾਲਸਾ ਕਾਲਜ ਜਦੋਂ ਅਸੀਂ ਆ ਕੇ ਉਤਰੇ ਹਾਂ ਅਤੇ ਉਹਨੇ ਇੱਕ ਟ੍ਰੇਨ ਫੁੱਲ ਕਰਕੇ ਭੇਜੀ ਸੀ ਉੱਥੋਂ ਲਵਾ ਕੇ, ਸਪੈਸ਼ਲ ਟ੍ਰੇਨ ਲੁਧਿਆਣੇ ਵਾਸਤੇ, ਅਸੀਂ ਲੁਧਿਆਣੇ ਆ ਕੇ ਉਤਰੇ ਅੰਮ੍ਰਿਤਸਰ। ਟਰੱਕਾਂ ਦਾ ਜਿਹੜਾ ਫੌਜ ਜਿੰਨੀ ਸੀ ਤਬਾਦਲਾ ਹੋਇਆ ਜਿਹੜਾ ਉਹ ਫਿਰ ਉਸ ਫੌਜ ਦੇ ਨਾਲ ਜਿਹੜੇ ਅਸੀਂ ਬੱਚੇ ਜਿੰਨੇ ਜਿੰਨੇ ਟਰੱਕ 'ਚ ਬੈਠ ਸਕਦੇ ਸੀ ਆਏ। ਨਹੀਂ, ਤੁਹਾਡਾ ਪਰਿਵਾਰ ਸਾਰੇ ਤੁਹਾਡੇ ਪਿਤਾ ਜੀ ਜਾਂ ਦਾਦਾ ਜੀ ਸਾਰੇ ਆਗੇ ਨਾਲ? ਨਹੀਂ, ਪਿਤਾ ਜੀ ਸਾਡੇ ਨਹੀਂ ਕੋਈ ਆਇਆ। ਅੱਛਾ। ਸਿਰਫ ਸਾਡੇ ਮੇਰੇ ਨਾਲ ਮੇਰੇ ਮਾਤਾ ਜੀ ਸੀ। ਠੀਕ ਹੈ ਜੀ। ਅਤੇ ਬਾਕੀ ਪਰਿਵਾਰ ਫਿਰ ਕਦੋਂ ਆਏ? ਬਾਕੀ ਪਰ ਨਹੀਂ, ਜਿਸ ਤਰ੍ਹਾਂ ਦੂਜੇ ਸਾਡੇ ਤਾਏ ਚਾਚੇ ਉਹਨਾਂ 'ਚੋਂ ਜਿਹੜੇ ਛੋਟੇ ਸੀ ਉਹ ਆਏ, ਬੱਚੇ ਆਏ, ਤਾਈ ਆਈ, ਕੋਈ ਹੋਰ ਇਸ ਤਰ੍ਹਾਂ ਕੁਛ ਨਾਨਕਿਆਂ 'ਚੋਂ ਆਏ ਸਾਡੇ, ਕੁਛ ਆਪਣੇ ਯੋਧਾ ਮਹਿੰਦਰ ਸਿੰਘ ਦੇ ਪਿੰਡਾਂ ਤੋਂ ਆਏ, ਉਹ ਜਿਹੜੇ ਜਿਹੜੇ ਰਿਸ਼ਤੇਦਾਰੀਆਂ ਜਿਹਨੇ ਕੋਲ ਲਿਆ ਸਕਦਾ ਸੀ ਉਹ ਲੈ ਕੇ ਆਇਆ। ਕੁਛ ਤਾਂ ਆ ਗਏ ਜਿਵੇਂ ਸਾਡੇ ਪਿਤਾ ਜੀ ਬਾਈ ਏਅਰ ਚਲੇ ਆ ਗਏ ਬਾਈ ਏਅਰ ਉਹਨਾਂ ਦਿਨਾਂ ਚ। ਹਾਂ, ਬਾਈ ਏਅਰ ਇਸ ਤਰ੍ਹਾਂ ਹੋਇਆ, ਇੱਕ ਉੱਥੇ ਸਾਡੇ ਚੋਪੜਾ ਬੂਟ ਹਾਊਸ ਹੈ, ਉਹਦਾ ਭਤੀਜਾ ਇੱਥੋਂ ਜਹਾਜ਼ ਲੈ ਕੇ ਗਿਆ ਸੀ। ਅੱਛਾ। ਇਹਦੇ ਬਾਬਾ ਜੀ ਅਤੇ ਮੇਰੇ ਪਿਤਾ ਜੀ, ਉਹ ਪਿਤਾ ਜੀ ਉੱਥੇ ਜਦੋਂ ਬੈਂਕ 'ਚ ਕਿਤੇ ਰੁਪਈਏ ਕਢਾਉਣ ਗਏ ਉੱਥੇ ਗੋਲੀ ਗਾਲੀ ਚੱਲੀ, ਉਹ ਉੱਥੋਂ ਗੁਰਨਾਮ ਸਿੰਘ ਦੀ ਕੋਠੀ ਚਲੇ ਗਏ। ਉਸ ਤੋਂ ਸਵੇਰੇ ਫਿਰ ਇਹਨਾਂ ਨੇ ਪ੍ਰੋਗਰਾਮ, ਚੋਪੜਾ ਕਹਿੰਦਾ ਵੀ ਜਹਾਜ਼ ਆ ਗਿਆ, ਸਰਦਾਰ ਜੀ ਤੁਸੀਂ ਸਾਡੇ ਨਾਲ ਚੱਲੋ। ਕਿੱਥੋਂ ਏਅਰਪੋਰਟ ਕਿਤੇ ਟੇਕ ਆਊਟ? ਲੈਲਪੁਰ ਦੇ ਕੋਲ ਸੀ ਹਵਾਈ ਅੱਡਾ। ਅੱਛਾ। ਹਵਾਈ ਅੱਡਾ ਸਰਕਾਰੀ, ਉੱਥੇ ਜਹਾਜ਼ ਉਤਰਿਆ ਸੀ, ਉਹ ਚੋਪੜੇ ਨਾਲ ਫਿਰ ਸਾਡੇ ਪਿਤਾ ਜੀ ਅਤੇ ਤਾਇਆ ਜੀ, ਇਹਨਾਂ ਦੇ ਬਾਬਾ ਜੀ ਤਾਰਾ ਸਿੰਘ, ਮੇਰੇ ਦਾਦਾ ਜੀ ਤਾਰਾ ਸਿੰਘ। ਅੱਛਾ ਜੀ। ਤਾਰਾ ਸਿੰਘ। ਅੱਛਾ ਜੀ। ਕਰਤਾਰ ਸਿੰਘ ਸਾਡੇ ਬਾਬਾ ਪਿਤਾ ਜੀ ਅਤੇ ਤਾਰਾ ਸਿੰਘ ਸਾਡੇ ਤਾਇਆ ਜੀ, ਇਹ ਦੋ ਜਾਣੇ ਫਿਰ ਉਹਦੇ ਨਾਲ ਆ ਗਏ ਸੀ। ਬਾਕੀ ਪਰਿਵਾਰ ਸਾਡਾ ਬਾਅਦ 'ਚ ਜਿਹੜਾ ਰਹਿ ਗਿਆ ਕੋਈ ਉਹ ਸਮਾਨ ਲੈ ਕੇ ਬਾਅਦ 'ਚ। ਇਹਨਾਂ ਦੇ ਦੱਸਣ ਦੇ ਮੁਤਾਬਕ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਜਿਹੜੇ ਮੁਸਲਮਾਨ ਪਰਿਵਾਰ ਸੀਗੇ ਉਹਨਾਂ ਨੇ ਇਹਨਾਂ ਨੂੰ ਰਹਿਣ ਵਾਸਤੇ ਵੀ ਕਿਹਾ ਸੀਗਾ ਵੀ ਤੁਹਾਨੂੰ ਇੱਥੇ ਰਹਿ ਜਾਣਾ ਚਾਹੀਦਾ। ਕਿਸੇ ਨੇ ਸਾਨੂੰ ਕੁਛ ਕੋਈ ਜ਼ੋਰ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਹੜੇ ਆਲੇ ਦੁਆਲੇ ਪਿੰਡਾਂ ਦੇ ਲੋਕ ਜਿਹਨਾਂ ਨੇ ਉਹਨਾਂ ਨੇ ਮਿਲਮਰ ਦੱਸੀ ਤੇ ਉਹਨਾਂ ਨੇ ਕਿਸੇ ਪਹੁੰਚਾਉਣ ਦੀ ਕੋਸ਼ਿਸ਼, ਨੁਕਸਾਨ ਪਾਉਣ ਦੀ ਕੋਸ਼ਿਸ਼ ਕੋਈ ਨਹੀਂ, ਉੱਥੇ ਕੋਈ ਮਾਹੌਲ ਇਹੋ ਜਿਹਾ ਨਹੀਂ। ਇਹਦਾ ਮਤਲਬ ਚੰਗੇ ਲੋਕ ਸੀ ਰਚੇ ਮਿਚੇ ਸੀ, ਇੰਨੇ ਸਾਲਾਂ ਦੇ ਅਸੀਂ ਉੱਥੇ ਆਬਾਦ ਸੀ, ਉਹ ਇੱਕ ਦੂਜੇ ਨਾਲ ਸਾਂਝਾ ਸੀ, ਵਿਆਹ ਸ਼ਾਦੀਆਂ ਅਟੈਂਡ ਕਰਦੇ ਸੀ ਇੱਕ ਦੂਜੇ ਦੇ, ਮੁਸਲਮਾਨ ਭਾਈਚਾਰੇ ਦੇ ਲੋਕ, ਮੁਸਲਮਾਨ ਭਾਈਚਾਰੇ, ਕੋਈ ਨਾ ਕੋਈ 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 ਉਹਨਾਂ ਦਾ ਵੱਤ ਭੇਜ ਨਹੀਂ ਸੀ ਸਾਡੇ ਨਾਲ। ਅਤੇ ਜਿਹੜਾ ਜਦੋਂ ਇਹ ਸਾਨੂੰ 47 ਦੀ ਵੰਡ ਹੋਈ ਆ ਪਾੜੇ ਪਏ ਨੇ ਅਤੇ ਫਿਰ ਕੀ ਹੋ ਗਿਆ ਇੱਕ ਦੂਜੇ ਨਾਲ ਜਿਹੜੀ ਕਤਲੋਗਾਰਤ ਹੋਣੀ ਸ਼ੁਰੂ? ਇਹ ਕਤਲੋਗਾਰਤ ਜਿਹੜੀ ਹੈ ਇਹ ਇੱਧਰੋਂ ਸ਼ੁਰੂ ਹੋਈ ਇਸ ਪਾਸਿਓ, ਇੱਧਰੋਂ ਸਾਡੇ ਪਾਸਿਓ, ਸਾਡੇ ਵਾਲੇ ਪਾਸਿਓ। ਇੱਧਰੋਂ ਕਿੱਥੋਂ ਜੋ ਇੱਥੋਂ ਜਿਹੜੇ ਜਿਵੇਂ ਯੂਪੀ 'ਚ ਜਾਂ ਇੱਥੇ ਸਾਡੇ ਇੱਥੇ ਆ ਢੰਡਾਰੀ ਗੱਡੀਆਂ ਪੜ੍ਹ ਹੁੰਦੀਆਂ ਰਹੀਆਂ, ਇਸ ਬਾਰੇ ਮੇਰਾ ਖਿਆਲ ਚਰਚਾ ਹੋਈ ਸੀ। ਮਹਾਤਮਾ ਗਾਂਧੀ ਨੂੰ ਕਿਸੇ ਨੇ ਕਿਹਾ ਸੀ ਉਹਦੇ ਕੀ ਪਾਕਿਸਤਾਨ ਦਾ ਮਹਾਤਮਾ ਜਿਨ੍ਹਾਂ ਨੇ ਵੀ ਗਾਂਧੀ ਜੀ ਵੰਡ ਨਾ ਕਰੋ,
ਜਿਵੇਂ ਜਿਵੇਂ ਹੈਗਾ ਪਾਕਿਸਤਾਨ ਅਤੇ ਹਿੰਦੁਸਤਾਨ ਬਣਾ ਲਓ, ਜਿਵੇਂ ਜਿਵੇਂ ਬੈਠਿਆ ਬੈਠੇ ਰਹੋ, ਮਤਲਬ ਉੱਧਰ ਥਾਂ ਉੱਥੇ ਬੈਠੇ ਨੇ, ਉੱਧਰ ਉੱਧਰ ਬੈਠੇ, ਇੱਧਰ ਬੈਠੇ। ਲੇਕਿਨ ਉਹ ਵੰਡ ਹੋਣ ਕਰਕੇ ਇਹਨਾਂ ਨੇ ਇੱਥੇ ਰੌਲੇ ਪਵਾ ਤੇ, ਅਤੇ ਇੱਧਰੋਂ ਜਦੋਂ ਕੱਟ ਵੱਟ ਇੱਧਰੋਂ ਹੋ ਗਈ ਸ਼ੁਰੂ, ਅਤੇ ਉੱਧਰੋਂ ਫਿਰ ਲੋਕਾਂ ਨੂੰ ਆਉਣਾ ਪਿਆ, ਆਉਣਾ ਪੈ ਗਿਆ, ਮਜ਼ਬੂਰੀ ਸਾਰੇ ਘਰ ਛੱਡਣੇ ਪੈ ਗਏ। ਅਤੇ ਕਾਫਲਿਆਂ ਦੀ ਕਾਫਲਿਆਂ ਦੇ ਤਰੀਕੇ ਕਾਫਲਿਆਂ ਦੇ ਹਿਸਾਬ 'ਚ ਆਏ, ਪਿੰਡਾਂ ਦੇ ਕਾਫਲੇ ਗੱਡੇ ਜੋੜ ਲਏ, ਆਪਣਾ ਸਮਾਨ ਖਾਣ ਰੋਟੀ ਵਾਲਾ ਕਣਕ ਵਾਲਾ ਰੱਖ ਲਿਆ, ਆਪਣਾ ਸਮਾਨ ਲੱਦ ਲਿਆ, ਅਤੇ ਆਪਦੇ ਪੂਰੇ ਤਿਆਰ ਬਰ ਤਿਆਰ ਖਾਲਸੇ ਜਿਹੜਾ ਜਿਹੜੇ ਆ ਰਹੇ ਸੀ ਗੱਡੇ, ਉਹ ਸਮਝੋ ਕੀ ਕਹਿੰਦੇ ਹੁੰਦੇ ਕਾਨਵਾਈ, ਕਾਨਵਾਈ ਦੀ ਸ਼ਕਲ 'ਚ ਆ ਰਹੇ ਸੀ, ਉਹ ਆਪਣੀ ਰਾਖੀ ਵੀ ਕਰਦੇ ਸੀ ਅਤੇ ਆਉਂਦੇ ਵੀ। ਹੋਰ ਦੱਸਦੇ ਉਹਨਾਂ ਦੇ ਸਮੇਂ ਦੇ ਵਿੱਚ ਬੜਾ ਨੁਕਸਾਨ ਹੋਇਆ, ਧੀਆਂ ਭੈਣਾਂ ਦਾ ਵੀ ਹੋਇਆ, ਕਤਲੇਗਾਰ ਤੋਂ ਹੀ ਕੁੱਤ ਦੇਖਿਆ, ਜੋ ਜਿੰਨੀ ਬੁਰਾਈ ਹੋ ਸਕਦੀ ਸੀ ਉਦੋਂ ਇੱਧਰ ਵੀ ਹੋਈ ਉੱਧਰ ਵੀ ਹੋਈ, ਦੋਵਾਂ ਪਾਸੇ ਹੋਈ ਹੈ, ਕਿਉਂਕਿ ਬਿਲਕੁਲ ਸੱਚੀ ਗੱਲ ਉਹ ਭਾਵਨਾ ਸ਼ੁਰੂ ਹੋ ਗਈ, ਪਹਿਲਾਂ ਨਹੀਂ ਸੀ ਇੱਥੇ ਸਾਡੇ ਦੇਖਦੇ ਦੇਖਦੇ ਢੰਡਾਰੀ ਗੱਡੀਆਂ ਵੱਢੀਆਂ, ਰਾਤ ਨੂੰ ਸਾਨੂੰ ਗਿੱਲਿਆਂ ਗਿੱਲ ਪਿੰਡ 'ਚ ਸਾਨੂੰ ਚੀਕ ਚੰਗਿਆੜਾ ਸੁਣਦਾ ਹੁੰਦਾ, ਮਾਰਤੇ ਲੁੱਟ ਲਏ, ਮਾਰਤੇ ਚੀਕਾਂ ਮਾਰਦੇ ਮਰਦੇ, ਗੋਲੀਆਂ ਚੱਲਦੀਆਂ, ਟ੍ਰੇਨ ਦੀ ਟ੍ਰੇਨ ਮਾਰ ਦਿੰਦੇ ਸੀ ਰਾਤ। ਕਿਹੜੇ ਲੋਕਾਂ ਦੀ? ਜਿਹੜੇ ਇੱਧਰੋਂ ਆਪਾਂ ਮੁਸਲਮਾਨ ਆਉਂਦੇ ਸੀ ਯੂਪੀ ਬਿਹਾਰ, ਮਤਲਬ ਇਹ ਤਾਂ ਸਿੱਖਾਂ ਨੇ ਜਿਹੜੇ ਕਾਫਲੇ ਪੈਂਦੇ ਸੀ, ਜਿਹੜੇ ਸ਼ਰਾਰਤੀਆਂ ਦੇ ਜਨੂੰਨੀਆਂ ਦੇ, ਉਹਨਾਂ ਨੇ ਉਹ ਗੱਡੀਆਂ ਮਾਰੀਆਂ ਨੇ, ਤੁਸੀਂ ਦੇਖੀਆਂ ਸੁਣੀਆਂ ਨੇ? ਹਾਂ ਬਿਲਕੁਲ, ਸਾਡੇ ਅਸੀਂ ਇੱਥੇ ਉਦੋਂ ਗਿੱਲੀਆਂ ਸੀ, ਗਿੱਲੀ ਠਹਿਰੇ ਸੀ, ਮੇਰੇ ਗਿੱਲੀ ਨਾਨਕੇ ਆ, ਗਿੱਲ ਪਿੰਡ ਹੈ ਜਿੱਥੇ ਲੱਗੇ, ਗਿੱਲ ਪਿੰਡ ਹੈਗਾ ਲੁਧਿਆਣੇ ਨਾਲ ਜੁੜਵਾਂਗੇ, ਸਾਨੂੰ ਢਾਰੀ ਦੀ ਠਾ ਠਾ ਸਾਰੀ ਰਾਤ ਨੂੰ ਸੁਣਦੀ ਹੁੰਦੀ। ਕਿੱਦਾਂ ਦਾ ਸਮਾਂ ਹੋਏਗਾ ਇਹ, ਦੇਸ਼ ਦੀ ਆਜ਼ਾਦੀ ਵੇਲੇ ਜਿੱਥੇ ਇਹਨਾਂ ਨੇ ਆਜ਼ਾਦੀ ਦਾ ਨਿੱਘ ਮੰਨਣਾ ਸੀ, ਜਸ਼ਨ ਮਨਾਏ ਜਾਣੇ ਸੀ, ਉੱਥੇ ਉਹਦਾ ਦੌਰ ਆ, ਉਹ ਕਤਲੋ ਗਰਦ ਦਾ ਸ਼ੁਰੂ ਹੋ ਗਿਆ, ਉਹ ਵੀ ਬੇਗੁਨਾਹਾਂ ਦਾ ਗਿਆ। ਸਰਕਾਰੀ ਅਤੇ ਗੈਰ ਸਰਕਾਰੀ ਅੰਕੜਿਆਂ ਮੁਤਾਬਕ 10 ਲੱਖ ਦੇ ਕਰੀਬ ਜਿਹੜੇ ਲੋਕ ਆ ਬੇਦੋਸ਼ੇ ਕਤਲ ਹੋਏ, ਬਾਪੂ ਜੀ ਦੱਸ ਰਹੇ ਸਨ। ਸੱਚ ਗੱਲ ਆ ਇਹ, ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਬੇਗੁਨਾਹਾਂ ਦਾ ਕਤਲ ਹੋਇਆ, ਉਹ ਕੁਝ ਦੋਨੇ ਪਾਸੇ ਹੋਇਆ, ਉਧਰਲੇ ਬੰਨੇ ਸਿੱਖਾਂ ਦਾ ਵੀ ਹੋਇਆ, ਇਧਰਲੇ ਬੰਨੇ ਮੁਸਲਮਾਨ ਭਾਈਚਾਰੇ ਦਾ ਹੋਇਆ, ਔਰ ਜਿਹਨਾਂ ਦਾ ਕੋਈ ਕਸੂਰ ਨਹੀਂ, ਜਿਹਨਾਂ ਦਾ ਕੋਈ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਹੈ ਕੀ ਮਸਲੇ ਕੀ ਨੇ, ਲੇਕਿਨ ਉਹਨਾਂ ਨੂੰ ਅਜਾਈ ਮੌਤ ਜਿਹੜੀ ਆ ਉਹ ਗਾਉਣੀ ਪਈ, ਬਾਪੂ ਸੱਚ ਦੱਸ ਰਹੇ ਸਨ। ਅੱਛਾ ਜੀ, ਅਤੇ ਉਹ ਤੋਂ ਜਿਹੜਾ ਤੁਹਾਡਾ ਪਰਿਵਾਰ ਜਿਹੜਾ ਬਾਕੀ ਤੁਹਾਡੇ ਰਹਿੰਦੇ ਗੱਡਿਆਂ ਦੇ ਕਾਫਲੇ ਨਾਲ ਬਿਲਕੁਲ ਸਹੀ ਸਲਾਮਤ? ਹਾਂ, ਸਾਡਾ ਪਰਿਵਾਰ ਸੁਰੱਖਿਅਤ, ਸਾਰੇ ਸਾਰਾ ਪਰਿਵਾਰ ਸੁਰੱਖਿਅਤ ਹੈ। ਅਤੇ ਪਿੰਡ ਛੱਡਣਾ ਤਾਂ ਬਾਪੂ ਜੀ ਬੜਾ ਔਖਾ ਸਾਰਾ, ਜਿੰਨੀ ਤੁਸੀਂ ਦੱਸ ਰਹੇ ਹੋ ਕਿ ਆਜ਼ਾਦੀ ਤੋਂ ਪਹਿਲਾਂ ਜਿਹੜਾ ਵੰਡ ਤੋਂ ਪਹਿਲਾਂ ਵੀ ਤੁਹਾਡੇ ਪਰਿਵਾਰ ਕੋਲ ਗੱਡੀਆਂ ਸੀ, ਮਰਬਿਆਂ ਦੇ ਹਿਸਾਬ ਨਾਲ ਜ਼ਮੀਨ ਸੀ, ਅਤੇ ਨੰਬਰਦਾਰ ਵੀ ਸਨ, ਭਰਿਆ ਘਰ ਸੀ, ਜ਼ਾਹਿਰ ਹੋਏਗਾ ਜਾਇਦਾਦ ਪੱਖੋਂ ਹਰ ਪੱਖੋਂ ਹੋਏਗਾ, ਅਤੇ ਉਹ ਫਿਰ ਸਾਰਾ ਕੁਝ ਕਿੱਦਾਂ ਛੱਡਣਾ ਪੈ ਗਿਆ? ਗੱਲ ਇਹ ਆ ਵੀ ਮੌਤ ਦੇ ਸਾਹਮਣੇ ਮਜਬੂਰੀ ਹੁੰਦੀ ਹੈ, ਅਤੇ ਨਾਲੇ ਭਾਈਚਾਰੇ ਨਾਲ ਆਉਣਾ ਹੁੰਦਾ, ਅਤੇ ਕੋਈ ਰਹਿ ਕੇ ਰਾਜ਼ੀ ਨਹੀਂ ਸੀ। ਜੇ ਕੋਈ ਸਾਡੇ ਪਿੰਡ 'ਚੋਂ ਇੱਕ ਰਿਹਾ ਸੀਗਾ ਹਰਕਿਸ਼ਨ, ਮਾਸਟਰ ਹਰਕਿਸ਼ਨ ਸਿੰਘ ਗਿੱਲ, ਉਹਦਾ ਨਾਂ, ਉਹਨੇ ਨਾਂ ਰੱਖ ਲਿਆ ਸੀ ਆਪਦਾ ਮੁਸਲਮਾਨ, ਹਰਕਿਸ਼ਨ ਮੁਹੰਮਦ ਹਰਕਿਸ਼ਨ ਕੁਛ ਐਸਾ ਨਾਂ ਰੱਖ ਕੇ ਮੁਸਲਮਾਨ ਬਣ ਗਿਆ ਸੀ। ਹਾਂ, ਮੁਸਲਮਾਨ ਬਣ ਕੇ ਕੋਈ ਰਹਿ ਗਿਆ ਤਾਂ ਰਹਿ ਗਿਆ, ਨਹੀਂ ਉੱਥੇ ਰਹਿ ਨਹੀਂ ਸਕਿਆ ਕੋਈ ਵੀ। ਤੁਹਾਨੂੰ ਪਤਾ ਕਿ ਉਹ ਉੱਥੇ ਉਹ ਮੁਸਲਮਾਨ ਉਹਨਾਂ ਨੇ ਮਜ਼ਹਬ ਅਡਾਪਟ ਕਰ ਲਿਆ ਸੀ, ਧਾਰਨ ਕਰ ਲਿਆ ਸੀ? ਉਹ ਗਿੱਲ ਪਰਿਵਾਰ 'ਚੋਂ ਸੀਗਾ ਹਰਕਿਸ਼ਨ ਸਿੰਘ ਮਾਸਟਰ। ਉਹਨਾਂ ਸੰਪਰਕ ਹੋਇਆ ਤੁਹਾਡਾ ਬਾਅਦ 'ਚ ਕੋਈ ਉਹਨਾਂ ਨਾਲ? ਬਾਅਦ 'ਚ, ਹਾਂ ਉਹ ਬਾਅਦ 'ਚ ਇੱਥੇ ਆ ਗਿਆ ਸੀ, ਇੱਥੇ ਮਰਿਆ ਕੇ ਉਹ ਨਹੀਂ 47 ਦੀ ਵੰਡ ਵੇਲੇ ਉਹ ਮੁਸਲਮਾਨ ਅਡਾਪਟ ਹੋ ਗਏ, ਧਰਮ ਧਾਰ ਕਰ ਲਿਆ, ਮੁਸਲਮਾਨ ਬਣ ਗਏ। ਅਤੇ ਅੱਛਾ, ਉਹ ਤੋਂ ਬਾਅਦ ਫਿਰ ਆ ਗਏ ਫਿਰ ਉਹ? ਨਹੀਂ, ਉਹ ਕਾਫੀ ਦੇਰ ਬਾਅਦ ਆਇਆ, ਕਾਫੀ ਦੇਰ ਬਾਅਦ, ਸਾਲਾਂ ਬਾਅਦ, ਕੁਝ 2-3 ਸਾਲ 4 ਸਾਲ ਬਾਅਦ ਆਇਆ ਮੇਰਾ ਇੱਥੇ ਸਾਰੇ ਪਰਿਵਾਰ ਸਮੇਤ। ਨਾ, ਹਾਂ ਆਪਣੇ ਉਹ ਨਹੀਂ, ਉਹਦੇ ਘਰ ਵਾਲੀ ਉੱਥੇ ਰਹਿ ਗਈ ਸੀ ਬਸ, ਬਾਕੀ ਸਾਰੇ ਦੂਜੇ ਭਰਾ ਚਾਚੇ ਤਾਏ ਸਭ ਆ ਗਏ ਸੀ, ਉਹ ਪਰਿਵਾਰ 'ਚੋਂ ਇਕੱਲਾ ਹੀ ਰਿਹਾ ਸੀ। ਅੱਛਾ, ਇਕੱਲਾ ਰਿਹਾ ਸੀ? ਹਾਂ, 6 ਭਰਾ ਸੀ ਉਹ। ਨਹੀਂ, ਤਾਂ ਬਾਅਦ 'ਚ ਇਕੱਲਾ ਹੀ ਆ ਗਿਆ ਫਿਰ? ਉਹ ਜਿਹੜਾ ਰਿਹਾ ਸੀ ਉਹ ਆ ਗਿਆ, ਉਹਦੇ ਘਰ ਵਾਲੀ 'ਤੇ ਉਹ ਆ ਗਏ। ਅਤੇ ਘਰ ਵਾਲੀ ਵੀ ਆ ਗਈ? ਅਤੇ ਘਰ ਵਾਲੀ ਵੀ ਸਿੱਖ ਸੀਗੇ ਉਹ? ਹਾਂਜੀ, ਘਰ ਵਾਲੀ ਵੀ ਸਿੱਖ ਸੀ ਨਾ, ਸਿੱਖ ਫੈਮਿਲੀ ਸੀ, ਉਹ ਸਿੱਖ ਪਰਿਵਾਰ ਸੀ। ਹਾਂ, ਅੱਛਾ, ਤਾਂ ਬੱਚੇ ਉਹਨਾਂ ਦੇ? ਮਾਸਟਰ ਕ੍ਰਿਸ਼ਨ ਸਿੰਘ? ਨਹੀਂ, ਕੇਸਤਾਰੀ? ਨਹੀਂ, ਬੱਚੇ ਉਹਨਾਂ ਦੇ? ਬੱਚੇ ਆ ਗਏ ਸੀ, ਮਤਲਬ ਉਹ ਪਰਿਵਾਰ ਆਪਣਾ ਲਿਆ। ਮੀਆਂ ਬੀਵੀ ਰਹਿ ਗਏ ਸੀ? ਅੱਛਾ, ਮੀਆਂ ਬੀਵੀ ਰਹਿ ਗਏ ਸੀਗੇ। ਉਹ ਫਿਰ ਜਦੋਂ ਜਾਇਦ ਉਹਦਾ ਜਾਇਦਾਦ ਉਹਦੀ ਵੀ ਖੁੱਸ ਗਈ, ਫਿਰ ਭੱਜਣਾ ਹੀ ਸੀ। ਨਾਲੇ ਅਸਲ 'ਚ ਗੱਲ ਹੋ ਗਈ ਨਾ, ਉਦੋਂ ਇਹ ਪਤਾ ਨਹੀਂ ਸੀ ਵੀ ਇਹ ਅਸੀਂ ਪੱਕੇ ਜਾਣਾ ਵਾ, ਕਿ ਪਤਾ ਸੀਗਾ ਇਹ? ਨਹੀਂ, ਇਹ ਤਾਂ ਹੁਣ ਉਸ ਵੇਲੇ ਦੇ ਹਾਲਾਤ ਨੂੰ ਪਤਾ, ਸਾਨੂੰ ਨਹੀਂ ਪਤਾ, ਪਰ ਜਿਹੜੇ ਜਦੋਂ ਉਜੜੇ ਨੇ ਉਜੜੀ ਗਏ। ਇੱਧਰ ਆਣ ਕੇ ਫਿਰ ਕਿੱਦਾਂ ਫਿਰ ਸਿੱਖ ਤੋਂ ਕਹਿ ਜਾਏਗਾ? ਫਿਰ ਖੰਨੇ ਆ ਕੇ
ਉਹ ਬਣਿਆ ਆ ਕੇ ਖਾਣੀ ਤੇ ਮੁਸਲਮਾਨ ਰਹਿ ਕੇ ਸਿੱਖ ਬਣ ਕੇ ਫਿਰ ਆ ਕੇ ਫਿਰ ਵਾਲ ਵੂਲ ਰੱਖ ਲਏ ਸੀ ਤੇ ਜਿਹੜਾ ਤੁਹਾਡਾ ਪਰਿਵਾਰ ਸੀ ਤੁਹਾਡੇ ਫਿਰ ਜਿਹੜਾ ਕੋਈ ਨਕਦੀ ਜਾਂ ਕੋਈ ਹੋਰ ਸੋਨਾ ਜਾਂ ਕੋਈ ਹੋਰ ਤੁਹਾਡੇ ਫਿਰ ਉਹ ਕਿੱਦਾਂ ਲਿਆ ਸਕੇ ਤੁਸੀਂ ਕੁਛ ਨਹੀਂ ਉੱਥੇ ਸਾਡੇ ਲੋਕਾਂ ਨੇ ਛੱਡਿਆ ਕੁਛ ਨਹੀਂ ਸਭ ਲੈ ਆਏ ਸੀਗੇ ਜਿਹੜੇ ਕਾਫਲੇ ਵੀ ਆਏ ਸਭ ਦਾ ਸਮਾਨ ਲੈ ਆਏ ਜ਼ਰੂਰੀ ਜ਼ਰੂਰੀ ਚੰਗਾ ਚੰਗਾ ਸਮਾਨ ਸਾਰਾ ਲੈ ਜਿਹੜੇ ਪਸ਼ੂ ਵਗੈਰਾ ਸੀ ਉਹ ਛੱਡ ਪਸ਼ੂ ਵੀ ਜਿਹੜੇ ਆ ਗਏ ਜਿਹੜੇ ਰਹਿ ਗਏ ਰਹਿ ਗਏ ਮਤਲਬ ਤੁਹਾਡਾ ਕਾਫਲਾ ਜਿਹੜਾ ਉਹ ਸਹੀ ਸਲਾਮ ਦਿੱਤੇ ਕਦੇ ਕਾਫਲੇ ਜਿੰਨੇ ਵੀ ਆਏ ਆ ਉਹਨਾਂ ਨਾਲ ਫੌਜ ਵੀ ਲੱਗ ਗਈ ਨਾ ਫਿਰ ਫੌਜ ਵੀ ਮਦਦ ਕਰਦੀ ਰਹੀ ਕਿੰਨੇ ਕੁ ਦਿਨ ਲੱਗੇ ਸੀ ਹੁਣ ਤੁਹਾਡੇ ਜਿਹੜੇ ਦੂਜੇ ਪਰਿਵਾਰ ਜਿਹੜੇ ਇਹ ਤਾਂ ਮੇਰਾ ਖਿਆਲ ਆ ਵੀ ਜਦੋਂ ਕਾਫਲੇ ਤੁਰੇ ਆ ਲੈਲਪੁਰ ਤੋਂ ਲੱਗ ਪਿੰਡਾਂ ਤੋਂ ਲੱਗ ਕੇ ਲੈਲਪੁਰ ਤੱਕ ਲਾਈਨਾਂ ਹੀ ਲਾਈਨਾਂ ਸੀ ਤੁਰੇ ਹੀ ਆਏ ਆ ਕਿੰਨੇ ਦਿਨ ਹਫ਼ਤਾ ਜਦੋਂ ਇੱਥੋਂ ਫਿਰੋਜ਼ਪੁਰ ਬਾਰਡਰ ਤੋਂ ਐਂਟਰ ਹੋਏ ਆ ਇੱਕ ਹਫ਼ਤੇ 'ਚ ਮੇਰਾ ਖਿਆਲ ਲੰਘੀ ਗਏ ਇੱਕ ਹਫ਼ਤਾ ਲੋਕ ਇਹ ਫਿਰ ਬੜਾ ਲੰਬਾ ਸਮਾਂ ਉਹ ਸਰਹੱਦ ਤੋਂ ਤੁਹਾਡਾ ਇੱਥੋਂ ਲੁਧਿਆਣੇ ਤੱਕ ਦਾ ਰਿਹਾ ਤੁਸੀਂ ਇਹੀ ਪਿੰਡ ਚੁਣਿਆ ਇਸ ਕਰਕੇ ਕਿ ਤੁਹਾਡਾ ਜਿਹੜਾ ਪਿਛਲਾ ਵੱਡਿਆਂ ਦਾ ਪਿੰਡ ਸੀ ਨਾਰੰਗਵਾਲ ਸੀਗਾ ਨਹੀਂ ਜਦੋਂ ਅਸੀਂ ਇੱਥੇ ਆ ਗਏ ਫਿਰ ਇਹ ਅਲਾਟਮੈਂਟਾਂ ਹੋਈਆਂ ਲੋਕ ਆ ਕੇ ਸ਼ੁਰੂਆਤ ਤੁਸੀਂ ਆਪਣੇ ਪਿੰਡ ਆਏ ਨਾ ਨਾਰੰਗਵਾਲ ਨਹੀਂ ਅਸੀਂ ਗਿੱਲੀ ਆਏ ਆਪਦੇ ਨਾਨਕੇ ਗਿੱਲੀ ਮੈਂ ਤੇ ਮਾਤਾ ਜੀ ਗਿੱਲੀ ਰਹੇ ਫਿਰ ਪਿਤਾ ਜੀ ਆਏ ਉੱਥੇ ਠਹਿਰਨਾ ਸੀ ਫਿਰ ਸਾਨੂੰ ਜ਼ਮੀਨਾਂ ਟੈਂਪਰੇਰੀ ਅਲਾਟਮੈਂਟ ਹੋਈ ਜਿਵੇਂ ਸਾਨੂੰ 12 ਏਕੜ ਜ਼ਮੀਨ ਮਿਲੀ ਉਹ ਸਾਨੂੰ ਸਲੇਮ ਟਾਵਰੀ ਮਿਲੀ ਸੀ ਸਲੇਮ ਟਾਵਰੀ ਅੱਜ ਸ਼ਹਿਰ ਦੇ ਕੋਲ ਉੱਥੇ ਗੰਦ ਬੰਦ ਸੀਗਾ ਗੂੰਹ ਦੇ ਸੀਗੇ ਉਹ ਡੱਗ ਸ਼ਹਿਰ ਦੇ ਉਹ ਪਿਤਾ ਜੀ ਨੇ ਫਿਰ ਵੀ ਇਹ ਗੰਦੀ ਜਗ੍ਹਾ ਉਹਨਾਂ ਨੇ ਅਲਾਟਮੈਂਟ ਫਿਰ ਆਹ ਦੇਖ ਕੇ ਪਿੰਡ 'ਚ ਫਿਰ ਤੁਸੀਂ ਇਹ ਪਿੰਡ ਇੱਥੇ ਆਣ ਗਏ ਤੁਹਾਡੇ ਵੱਡਿਆਂ ਦਾ ਪਿੰਡ ਉਹ ਜੋ ਨਾਰੰਗਵਾਲ ਸੀਗਾ ਨਾਰੰਗਵਾਲ ਸੀਗਾ ਨਾਰੰਗਵਾਲ ਵੀ ਲੰਬਾ ਸਮਾਂ ਰਹੇ ਤੁਸੀਂ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਸਾਫ਼ ਸੁਥਰੇ ਰਹਿਣ ਵਾਲੇ ਸੀ ਅਤੇ ਆਪਣੇ ਆਪ ਨੂੰ ਉਹ ਸਾਫ਼ ਸੁਥਰਾ ਰੱਖਦੇ ਸੀ ਸਮਝਦਾਰ ਸੀ ਪੜ੍ਹੇ ਲਿਖੇ ਹੁਣ ਜਿਵੇਂ ਸਾਡੇ ਜਿਹੜੇ ਭਾਈ ਭਰਾ ਇਹਦੇ ਤਾਏ ਦੇ ਮੁੰਡੇ ਇਹ ਖਾਲਸਾ ਕਾਲਜ ਲੈਲਪੁਰ ਪੜ੍ਹਦੇ ਸੀ ਅੱਛਾ ਜੀ ਇਹਦਾ ਪਿਓ ਵੀ ਉੱਥੇ ਪੜ੍ਹਦਾ ਸੀ ਅੱਛਾ ਜੀ ਲਾਇਲਪੁਰ ਜਿਹੜਾ ਉਹ ਵੀ ਮੈਂ ਇੱਕ ਦਿਨ ਕਿਤੇ ਗਿਆ ਸੀ ਉਹ ਦੱਸ ਰਹੇ ਸਨ ਕਿ ਉਹ ਵੀ ਸਰਦਾਰਾਂ ਨੇ ਜ਼ਮੀਨ ਦੇ ਕੇ ਆਪਣੇ ਬਣਾਇਆ ਸੀਗਾ ਉਹ ਜ਼ਮੀਨ ਖਾਲਸਾ ਕਾਲਜ ਜਿਹੜਾ ਸੀ ਸਾਰਾ ਇੱਕ ਸਰਦਾਰ ਦੀ ਜ਼ਮੀਨ ਸੀ ਇੱਕ ਸਰਦਾਰ ਜ਼ਮੀਨ ਦਿੱਤੀ ਮੈਂ ਗਿਆ ਸੀ ਇੰਟਰਵਿਊ ਕਰਨ ਉਹਨੇ ਦਿਨ ਦਿੱਤੀ ਸੀ ਖਾਲਸਾ ਕਾਲਜ ਸਿੱਖਾਂ ਨੇ ਬਣਾਇਆ ਸੀ ਸਿੱਖਾਂ ਨੇ ਬਣਾਇਆ ਬੜੇ ਵੱਡੇ ਰਕਬੇ ਹੀ ਦੱਸਦੇ ਸੀ ਬਹੁਤ ਵੱਡਾ ਰਕਬਾ ਸੀ ਔਰ ਉਹਦਾ ਵੱਡਾ ਐਡਾ ਵੱਡਾ ਹੋਸਟਲ ਮੈਂ ਅੱਜ ਤੱਕ ਨਹੀਂ ਦੇਖਿਆ ਜਿੱਥੇ ਕਿ ਸਾਡੇ ਭਰਾ ਭਾਈ ਭਰਾ ਸੀ ਜਾਂਦੇ ਸੀ ਜਦੋਂ ਰੋਟੀ ਇੱਥੇ ਸਾਨੂੰ ਖਵਾਉਣ ਜਾਂਦੇ ਸੀ ਐਡਾ ਵੱਡਾ ਹੋਸਟਲ ਮੈਂ ਚੰਗਾ ਸੋਹਣਾ ਨਹੀਂ ਦੇਖਿਆ ਅਤੇ ਹੋਸਟਲ ਦੇ ਉੱਤੇ ਜਾਲੀ ਲੱਗੀ ਹੋਈ ਸੀ ਸਾਰੇ ਹੋਸਟਲ ਦੇ ਉੱਪਰ ਜਾਲੀ ਲੱਗੀ ਹੋਈ ਸੀ ਤਾਂ ਕਿ ਕੋਈ ਜਾਨਵਰ ਥੱਲੇ ਨਾ ਆ ਸਕੇ ਤੁਸੀਂ ਦੇਖਿਆ ਆਪ ਮੈਂ ਦੇਖਿਆ ਅਸੀਂ ਤਿੰਨ ਚਾਰ ਭਰਾ ਸੀਗੇ ਇਹ ਤਾਂ ਚਾਚਾ ਇੱਕ ਮੇਰੇ ਹਾਂ ਸੀ ਇੱਕ ਮੇਰੇ ਤਾਏ ਹਰੀ ਸਿੰਘ ਦਾ ਮੇਰਾ ਪ੍ਰੀਤਮ ਸਿੰਘ ਉੱਥੇ ਹੀ ਗੁਜ਼ਰਿਆ ਅਸੀਂ ਤਿੰਨ ਚਾਰ ਇਹ ਜਿਹੜੇ ਤੁਸੀਂ ਮੈਟ੍ਰਿਕ ਤੇ ਕਰ ਲਈ ਆਪਣੇ ਸਕੂਲ ਤੋਂ ਉਹ ਤਾਂ ਉੱਤੇ ਪੜ੍ਹੇ ਫਿਰ ਕੰਮ ਹਾਂਜੀ ਉਹ ਤਾਂ ਇੱਥੇ ਆ ਗਿਆ ਦਸਵੀਂ ਵੇਲੇ ਪਾਰਟੀਸ਼ਨ ਵੇਲੇ ਇਹ ਦਸਵੀਂ ਵਿੱਚ ਸੀਗੇ ਅਤੇ ਇਹਨਾਂ ਨੇ ਆਪਣੀ ਦਸਵੀਂ ਪੰਜਾਬ 'ਚ ਇੱਥੇ ਆ ਕੇ ਮੈਂ ਦਸਵੀਂ ਨੈਸ਼ਨਲ ਸਕੂਲ 'ਚ ਕੀਤੀ ਆ ਇੱਥੇ ਆ ਕੇ ਗਿਆਨੀ ਹਰਭਗਤ ਸਿੰਘ ਸਾਡੇ ਨਾਰੰਗਵਾਲ ਦਾ ਗਿਆਨੀ ਉਹ ਸਾਨੂੰ ਧਾਰਮਿਕ ਪੜ੍ਹਾਉਂਦਾ ਸੀ ਸਾਡਾ ਹੈੱਡ ਮਾਸਟਰ ਲਾਲ ਸਿੰਘ ਸੀ ਬਹੁਤ ਹੀ ਚੰਗਾ ਟੀਚਰ ਮੈਂ ਨਹੀਂ ਇਹੋ ਜਿਹਾ ਦੇਖਿਆ ਹੈੱਡ ਮਾਸਟਰ ਲਾਲ ਉੱਤੇ ਵੀ ਆਪਣੇ ਮੈਟ੍ਰਿਕ ਤੋਂ ਉੱਤੇ ਵੀ ਗਏ ਦਸਵੀਂ ਤੋਂ ਹਾਂਜੀ ਹਾਂਜੀ ਦਸਵੀਂ ਤੋਂ ਤਾਂ ਉੱਤੇ ਹੀ ਆਏ ਤੁਸੀਂ ਪੜ੍ਹੇ ਹਾਂਜੀ ਗੌਰਮੈਂਟ ਕਾਲਜ ਦਸਵੀਂ ਮੈਂ ਇੱਥੇ ਕੀਤੀ ਲੁਧਿਆਣੇ ਨੈਸ਼ਨਲ ਸਕੂਲ 'ਚ ਅਤੇ ਮੈਂ 1950 'ਚ ਦਾਖਲ ਹੋਇਆ ਸੀਗਾ ਗੌਰਮੈਂਟ ਕਾਲਜ ਲੁਧਿਆਣਾ ਅੱਛਾ ਇਹ ਦੱਸਿਓ ਕਿ ਜਿਹੜਾ ਤੁਸੀਂ ਜਿਹੜਾ ਤੁਹਾਡਾ ਪਿਛਲਾ ਪਿੰਡ ਆ ਉਹ ਤੁਹਾਡਾ ਮੁੜ ਕੇ ਵੇਖਣ ਦਿਲ ਕਰਦਾ ਕਦੇ ਨਹੀਂ ਅਸੀਂ ਜਾਂਦੇ ਰਹਿੰਦੇ ਹਾਂ ਹੁਣ ਤਾਂ ਨਹੀਂ ਗਏ ਕਦੀ ਹੁਣ ਉੱਥੇ ਕੋਈ ਰਿਹਾ ਨਹੀਂ ਸਾਡੇ ਸਕਿਆਂ 'ਚੋਂ ਪਹਿਲਾਂ ਤਾਂ ਅਸੀਂ ਕੁਛ ਚਿਰ ਤਾਂ ਪਹਿਲਾਂ ਆ ਕੇ ਇਹਨਾਂ ਕੋਲ ਭਰਾਵਾਂ ਕੋਲ ਰਹਿੰਦੇ ਰਹੇ ਹਾਂ ਹਾਂ ਉੱਥੇ ਜਿਹੜੇ ਸਾਡੇ ਜਿਹੜੇ ਕਈ ਸਾਡੇ ਨੌਕਰ ਸੀ ਇੱਥੇ ਬੈਠੇ ਆ ਕਿੱਥੇ ਨਕੋਦਰ ਜਿਹੜੇ ਸਾਡੇ ਕੰਮ ਕਰਦੇ ਸੀ ਉਹ ਇੱਕ ਦੋ ਬੰਦੇ ਗਏ ਕਈ ਵਾਰੀ ਉਹ ਫਿਰ ਮੇਰੇ ਕੋਲ ਆਏ ਮੈਨੂੰ ਕਹਿੰਦੇ ਸਰਦਾਰ ਜੀ ਚਲੋ ਮੈਂ ਤੁਹਾਡੇ ਨਾਲ ਚੱਲਦਾ ਆਪਣੇ ਮਕਾਨਾਂ 'ਚ 18 ਘਰ ਵੱਸਦੇ ਆ ਅੱਛਾ ਮਤਲਬ ਐਡਾ ਵੱਡਾ ਮਕਾਨ ਸੀ ਤੁਹਾਡਾ ਐਵੇਂ ਜਿਵੇਂ ਐਡੇ ਐਡੇ ਮਕਾਨ ਸੀ ਇਹ ਇੱਕ ਹਿੱਸਾ ਐਡਾ ਦੂਜਾ ਇਹਨਾਂ ਦੇ ਤਾਇਆਂ ਦਾ ਇੱਕ ਹਿੱਸਾ ਐਡਾ
ਅੱਧਾ ਕੁ ਪਿੰਡ ਸੀਗਾ ਸਾਡਾ ਨਹੀਂ ਤੁਹਾਡਾ ਉਹ ਪਿੰਡ ਵੇਖਣ ਨੂੰ ਦਿਲ ਕਰਦਾ ਜੀ ਹਾਂਜੀ ਨਹੀਂ ਹੁਣ ਤਾਂ ਮੇਰਾ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਤਾਂ ਜੀ ਨਹੀਂ ਕਰਦਾ ਜਾਣ ਨੂੰ ਐਵੇਂ ਮੈਂ ਉਦਾਸ ਹੋਵਾਂਗੇ ਜਾ ਕੇ ਗਈ ਗਈ ਹਾਂਜੀ ਮਨ ਮਨ ਫਿਰ ਜਾ ਕੇ ਉਦਾਸ ਤਾਂ ਹੁੰਦਾ ਹੀ ਆ ਕਿਉਂਕਿ ਜਨਮ ਉੱਥੋਂ ਦਾ ਸੀ ਮੈਂ ਜੀ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਉਹ ਕਹਿੰਦਾ ਨਹੀਂ ਮੈਂ ਬਾਬਾ ਜੀ ਚੱਲੋ ਮੈਂ ਕਿਹਾ ਨਹੀਂ ਵੀ ਮੈਂ ਨਹੀਂ ਜਾ ਸਕਦਾ ਜੀ ਜੇ ਕੋਈ ਸਬੱਬ ਬਣੇ ਤਾਂ ਫਿਰ ਜਾਣਾ ਚਾਹੁੰਦੇ ਹੋ ਹਾਂ ਜੀ ਨਹੀਂ ਹੁਣ ਤਾਂ ਕੀ ਹੁਣ ਤਾਂ ਉੱਪਰ ਨੂੰ ਜਾਣਾ ਚਾਹੁੰਦੇ ਨਹੀਂ ਜੀ ਤੁਹਾਡੇ ਬੜੀ ਦੇਣ ਆ ਤੁਹਾਡੀ ਸਮਾਜ ਨੂੰ ਪਰਿਵਾਰ ਨੂੰ ਤੁਹਾਡੇ ਪਟਕਿਆਂ ਦੀ ਵੀ ਤੁਹਾਡੇ ਤੇ ਇਹ ਤੁਸੀਂ ਤਾਂ ਸਰਮਾਇਆ ਹੋ ਸਾਰੇ ਮੈਂ ਤਾਂ ਲੋਕਾਂ ਨੂੰ ਹੱਸਦਾ ਨਾ ਦੇਖੋ ਏ ਪਹਿਲਾਂ ਚਿੱਟੇ ਕਾਲਿਆਂ ਤੋਂ ਚਿੱਟੇ ਹੋ ਗਏ ਚਿੱਟਿਆਂ ਤੋਂ ਕਾਲੇ ਹੋਣ ਲੱਗ ਗਏ ਕਦੋਂ ਮਰਨਾ ਹੁਣ ਮਰਨਾ ਕਈ ਵਾਰੀ ਹੱਸੀ ਅੱਛਾ ਬਾਪੂ ਜੀ ਇਹ ਦੱਸਿਓ ਕਿ ਸਮਾਂ ਉਹ ਚੰਗਾ ਸੀ ਅੰਗਰੇਜ਼ ਦਾ ਰਾਜ ਚੰਗਾ ਸੀ ਕਿ ਜਾਂ ਹੁਣ ਦਾ ਚੰਗਾ ਬਾਈ ਜੀ ਉਹ ਤਾਂ ਮਿਲ ਨਹੀਂ ਸਕਦਾ ਉਹ ਸਮਾਂ ਨਹੀਂ ਮਿਲ ਸਕਦਾ ਬਹੁਤ ਵਧੀਆ ਸੀ ਉਹ ਇੰਨੀ ਫੈਸਿਲਿਟੀ ਕੋਈ ਖੱਪ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਸਮੱਸਿਆ ਨਹੀਂ ਹੁਣ ਤਾਂ ਸਮੱਸਿਆ ਹੀ ਸਮੱਸਿਆ ਹੁਣ ਕੋਈ ਲਾਈਫ ਨਹੀਂ ਹੈ ਤਾਂ ਹੁਣ ਤਾਂ ਧੂੜ ਧੁੱਪ ਧੱਕੇ ਜਿਹੜਾ ਕਹਿੰਦੇ ਹੁੰਦੇ ਆ ਲਾਈਫ ਨਹੀਂ ਉੱਥੇ ਉਸ ਵੇਲੇ ਤਾਂ ਕੋਈ ਇੰਨੀ ਸ਼ਾਂਤੀ ਮਿਲ ਨਹੀਂ ਸਕਦੀ ਜਿਹੜੀ ਸ਼ਾਂਤੀ ਉੱਥੇ ਸੀ ਨਾ ਉਹ ਨਹੀਂ ਮਿਲ ਸਕਦੀ ਉਹੋ ਜਿਹਾ ਵਾਤਾਵਰਨ ਹਵਾ ਸਾਫ਼ ਹੈ ਜੀ ਅਤੇ ਇਨਸਾਫ਼ ਵਾਲੀ ਗੱਲ ਇਨਸਾਫ਼ ਇਨਸਾਫ਼ ਅਤੇ ਬਾਕੀ ਪਰਮਾਤਮਾ ਦਾ ਨਾਂ ਹੈ ਹੁਣ ਤਾਂ ਲੋਕ ਪਰਮਾਤਮਾ ਨੂੰ ਭੁੱਲ ਚੁੱਕੇ ਆ ਇਸ ਵੇਲੇ ਤਾਂ ਕੁਛ ਨਹੀਂ ਹੈ ਸਮਾਂ ਚੰਗਾ ਨਹੀਂ ਰਹਿਆ ਉਦਾਸ ਹੋ ਜਾਂਦੇ ਨੇ ਇਹ ਬਜ਼ੁਰਗ ਜਦੋਂ ਇਹ ਆਪਣੀ ਵਿਥਿਆ ਦੱਸਦੇ ਨੇ ਬਾਪੂ ਜੀ ਦੱਸ ਰਹੇ ਸਨ ਕਿ ਬੜਾ ਵਧੀਆ ਪਰਿਵਾਰ ਸੀ ਇਹਨਾਂ ਦਾ ਉੱਧਰ ਅਤੇ ਇਨ ਲੰਬਾ ਸਮਾਂ 70 ਸਾਲ ਦਾ ਬੀਤ ਗਿਆ ਇਹਨਾਂ ਨੂੰ ਅਜੇ ਵੀ ਉਹ ਐਂ ਪੂਰੀਆਂ ਗੱਲਾਂ ਯਾਦ ਨੇ ਉਹ ਦੱਸਦੇ ਦੱਸਦੇ ਕਈ ਵਾਰੀ ਇਹਨਾਂ ਦਾ ਮਨ ਭਰ ਆਉਂਦਾ ਕਿ ਉਹ ਰਾਜ ਜਾਂ ਉਹ ਸਮਾਂ ਜਿਹੜਾ ਸੀ ਉਹ ਕਿੱਡਾ ਸੁਹਾਵਣਾ ਸੀ ਕਿੱਡਾ ਵਧੀਆ ਸੀ ਹਰ ਇੱਕ ਨੂੰ ਇਨਸਾਫ਼ ਮਿਲਣ ਵਾਲੀ ਗੱਲ ਸੀ ਅਤੇ ਬੜੇ ਚੰਗੀ ਤਰ੍ਹਾਂ ਲੋਕ ਬੜੇ ਮੋਹ ਮੁਹੱਬਤ ਨਾਲ ਰਹਿੰਦੇ ਸੀ ਭਾਵੇਂ ਹੁਣ ਵੀ ਸਮਾਂ ਹੁਣ ਦਾ ਵੀ ਚੰਗਾ ਦੱਸ ਰਹੇ ਸਨ ਪਰ ਇਹ ਹੁਣ ਉਹਨਾਂ ਨੇ ਉਹ ਸਮਾਂ ਦੇਖਿਆ ਹੋਇਆ ਇਹਨਾਂ ਨੇ ਇਹ ਉਸ ਸਮੇਂ ਨੂੰ ਯਾਦ ਕਰਦੇ ਆ ਔਰ ਇਹਨਾਂ ਨੂੰ ਭੁੱਲਦਾ ਨਹੀਂ ਕਹਿੰਦੇ ਮੈਂ ਜਾਣਾ ਨਹੀਂ ਚਾਹੁੰਦਾ ਮੇਰਾ ਦਿਲ ਉਦਾਸ ਹੋ ਜਾਣਾ ਉਂਝ ਅੰਦਰੋਂ ਇਹਨਾਂ ਦਾ ਮਨ ਕਰਦਾ ਜਾਣ ਨੂੰ ਦੇਖੋ ਇਹ ਆਜ਼ਾਦੀ ਸਾਨੂੰ ਕੀ ਕੁਝ ਦੇ ਕੇ ਗਈ ਕਿੱਡਾ ਵੱਡਾ ਇਹਨਾਂ ਦਾ ਪਰਿਵਾਰ ਖਾਨਦਾਨ ਰਹਿਣ ਬਹਿਣ ਸੀ ਉੱਧਰ ਖੈਰ ਇਸ ਪਰਿਵਾਰ ਨੇ ਤਰੱਕੀ ਕਰਕੇ ਇੱਥੇ ਵੀ ਉਸੇ ਤਰ੍ਹਾਂ ਦਾ ਬਣਾ ਲਿਆ ਬੜਾ ਵੈਲ ਸੈਟਲਡ ਪਰਿਵਾਰ ਆ ਇਹ ਬੜੇ ਜ਼ਮੀਨ ਜਾਇਦਾਦ ਦੇ ਮਾਲਕ ਨੇ ਇੱਥੇ ਵੀ ਬੜਾ ਵਧੀਆ ਇਜਤਮਾਨ ਹੈ ਇਸ ਪਰਿਵਾਰ ਦਾ ਵੀ ਇੱਥੇ ਵੀ ਪਰ ਫਿਰ ਵੀ ਇਹਨਾਂ ਨੂੰ ਉਹ ਸਮਾਂ ਯਾਦ ਰਹਿੰਦਾ ਇਹ ਅੱਜ ਦਾ ਜਿਹੜਾ ਸਿਲਸਿਲਾ ਆ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਮੁਲਾਕਾਤ ਦਾ ਇਸ ਤੋਂ ਬਾਅਦ ਫਿਰ ਤੁਹਾਨੂੰ ਕਿਸੇ ਦਿਨ ਹੋਰ ਕਿਤੇ ਲੈ ਚੱਲਾਂਗੇ ਬਜ਼ੁਰਗਾਂ ਦੇ ਕੋਲ ਜਿਹੜੇ ਸਾਨੂੰ 47 ਦੀ ਵੰਡ ਵੇਲੇ ਦਾ ਦੁਖਾਂਤ ਵਾਪਰਿਆ ਉਹਦੀਆਂ ਗੱਲਾਂ ਇਹ ਸਾਡੇ ਨਾਲ ਸਾਂਝੀਆਂ ਕਰ ਸਕਣ ਇਹ ਜਿਹੜਾ ਸਾਡਾ ਚੈਨਲ ਤਰਾਨਾ ਸਾਂਝ ਪੰਜਾਬ ਦੀ ਆ ਇਹ ਮੋਹ ਮੁਹੱਬਤ ਵੰਡਣ ਵਾਲਾ ਚੈਨਲ ਆ ਇਹੋ ਜਿਹੇ ਲੋਕਾਂ ਨਾਲ ਅਸੀਂ ਜਾ ਕੇ ਖੁਦ ਆਪ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਸੁਣਦੇ ਹਾਂ ਤੁਹਾਡੇ ਤੱਕ ਪੁੱਛਦੇ ਕਰਦੇ ਹਾਂ ਜੇ ਇਹ ਸਾਨੂੰ ਦੀ ਜਿਹੜੀ ਸਾਡੀ ਕੋਸ਼ਿਸ਼ ਆ ਇਹ ਤੁਹਾਨੂੰ ਚੰਗੀ ਲੱਗਦੀ ਆ ਇਹ ਸਾਡਾ ਚੈਨਲ ਨੂੰ ਸਬਸਕ੍ਰਾਈਬ ਇੱਕ ਵਾਰ ਜ਼ਰੂਰ ਕਰ ਲਿਓ ਇਸ ਨੂੰ ਲਾਈਕ ਕਰੋ ਤਾਂ ਕਿ ਅਸੀਂ ਹੋਰ ਵੀ ਉਤਸ਼ਾਹ ਦੇ ਨਾਲ ਇਹੋ ਜਿਹੇ ਬਜ਼ੁਰਗਾਂ ਕੋਲ ਪਹੁੰਚ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੰਟਰਵਿਊ ਕਰਕੇ ਤੁਹਾਡੇ ਤੱਕ ਪੁੱਜਦੀ ਕਰੀਏ ਹਰ ਹਫ਼ਤੇ ਤੁਹਾਨੂੰ ਅਸੀਂ ਜੀ ਇਹ ਪਰਿਵਾਰ ਨਾਲ ਮਿਲਾਉਂਦੇ ਰਹਾਂਗੇ ਉਹਨਾਂ ਚੱਲੀ ਦਿਓ ਸਾਨੂੰ ਛੁੱਟੀ ਧੰਨਵਾਦ ਧੰਨਵਾਦ ਰੱਬ ਰੱਖਾ ਅੱਛਾ ਜੀ ਬਾਪੂ ਜੀ ਚੰਗਾ ਜੀ ਚੰਗਾ ਜੀ ਚੰਗਾ ਜੀ ਮਿਹਰਬਾਨੀ